ਬਲੇ ਚਰਾਗ ਦੇ ਹਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਵਹਿਮ ਨੈ ਸਮਰਥੰ ਨੈ ਸੇਵਕ ਨੈ ਪ੍ਰੀਤ ਪਰਮ ਪਰਖੋਤਮ ਸਭ ਪ੍ਰਸਾਦ ਸਿਮਰਤੇ ਨਾਮ ਨਾਨਕ ਕਿਰਪਾਲ ਹਰ ਹਰ ਗੁਰੂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਜੀ ਚੌਪਈ ਭਰਥਰ ਕੋਡੇ ਕੇਰ ਪ੍ਰਸੰਗਾ ਸੁਨ ਸ਼੍ਰੀ ਅੰਗਦ ਪ੍ਰੇਮ ਉਮੰਗਾ ਭਰਥਰ ਕੋਡੇ ਕੇਰ ਪ੍ਰਸੰਗਾ ਸੁਨ ਸ਼੍ਰੀ ਅੰਗਦ ਪ੍ਰੇਮ ਉਮੰਗਾ ਲਗੀ ਸਮਾਧ ਜੁਟੇ ਜੁਗ ਨੈਨਾ ਅੰਗ ਅਡੋਲ ਨਾ ਉਚਰਤ ਬੈਨਾ ਲਗੀ ਸਮਾਧ ਜੁਟੇ ਜੁਗ ਨੈਨਾ ਅੰਗ ਅਡੋਲ ਨਾ ਉਚਰਤ ਬੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਮ ਦੀ ਬਖਸ਼ਿਸ਼ ਸਦਕਾ ਪ੍ਰੇਮੀਓ ਦਿਨ ਦੇ ਵਿਹਾਰਾਂ ਤੋਂ ਵਿਹਲੇ ਹੋ ਕਰਕੇ ਸ਼ਾਮ ਦੇ ਦੀਵਾਨ ਵਿੱਚ ਆਪਾਂ ਇਸਤ ਹੋ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਅਕਾਲ ਪੁਰਖ ਅੰਤਰਜਾਮੀ ਨੇ ਗੁਰੂ ਨਾਨਕ ਰੂਪ ਧਾਰ ਕੇ ਦਸਾਂ ਰੂਪਾਂ 'ਚ ਵਰਤਦੇ ਹੋਏ ਤਕਰੀਬਨ 239 ਸਾਲ ਦੇ ਅਰਸੇ ਦੇ ਅੰਦਰ ਅੰਦਰ ਸਾਰੀ ਦੁਨੀਆਂ ਦੇ ਉੱਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਵੀ ਸੱਚਾ ਢੋਆ ਨਾਨਕ ਗੁਰਮੁਖ ਪ੍ਰਗਟ ਹੋਆ। ਐਡੇ ਵੱਡੇ ਸੱਚੇ ਪਾਤਸ਼ਾਹ ਮੁਖੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਆ ਸਤਸੰਗਤਾਂ ਰੂਪੀ ਫੁਲਵਾੜੀਆਂ ਥਾਂ ਥਾਂ ਤੇ ਕਾਇਮ ਕਰ ਦਿੱਤੀਆਂ। ਜੈ ਸਤਿਗੁਰ ਤੇ ਸਤਸੰਗਤ ਬਣਾਈ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਪਹੁੰਚਦੇ ਪਏ ਇਹ ਸਤਸੰਗਤਾਂ ਦਾ ਸਤਸੰਗੀ ਬੋਲਬਾਲਾ ਹੋਇਆ। ਐਸੀ ਸੰਗਤ ਦੇ ਪ੍ਰਵਾਹ ਦੇ ਅੰਦਰ ਅਨੇਕਾਂ ਜੀਵਾਂ ਨੇ ਮਾਨਸ ਦੇਹੀ ਨੂੰ ਸਫਲਤਾ ਨੂੰ ਪ੍ਰਾਪਤ ਹੋਏ ਹਨ ਧਾਰ ਕਰਕੇ। ਅੱਜ ਆਪਣੀ ਵੀ ਵਾਰੀ ਹੈ ਕਥਾ ਕੀਰਤਨ ਦੁਆਰਾ ਅੰਮ੍ਰਿਤਮਈ ਬਾਣੀ ਕੰਠ ਕਰਕੇ ਸਿਮਰਨ ਭਜਨ ਦੇ ਪ੍ਰਵਾਹ ਦੇ ਅੰਦਰ ਮਨ ਨੂੰ ਠੇਲ ਕੇ ਆਪਣੇ ਜਨਮ ਨੂੰ ਆਪਾਂ ਕਿਰਤ ਕਿਰਤ ਕਰਨ ਵਾਸਤੇ ਆਏ ਹਾਂ, ਇਹ ਪ੍ਰਯੋਜਨ ਹੈ। ਜੇ ਕੋਈ ਪੁੱਛੇ ਕਿ ਆ ਜਿਹੜੀਆਂ ਸੰਗਤਾਂ ਜੁੜਦੀਆਂ ਇਹਨਾਂ ਦਾ ਪ੍ਰਯੋਜਨ ਕੀ ਹੈ, ਇਹਨਾਂ ਦਾ ਨਿਸ਼ਾਨਾ ਕੀ ਹੈ, ਤਾਂ ਖਾਲਸਾ ਜੀ ਆਪਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਹੈ। ਆਪ ਜੀ ਨੇ ਜਿਸ ਪ੍ਰਕਾਰ ਦੁਨੀਆਂ ਦੇ ਉੱਤੇ ਗੁਰੂ ਤਾਂ ਭਾਈ ਬੇਅੰਤ ਹੀ ਹੋਏ, ਆਪੋ ਆਪਣੇ ਥਾਈਂ ਸਾਰੇ ਸ਼ਲਾਘਾ ਯੋਗ ਹਨ, ਪਰ ਪ੍ਰੇਮੀਓ ਵਰਤਮਾਨ ਸਮੇਂ ਵਿੱਚ ਵੀ ਖਾਲਸੇ ਦਾ ਬੋਲਬਾਲਾ ਹੈ। ਕੀ ਕਹਿੰਦੇ ਹੈ ਬਈ, ਦੇਹਧਾਰੀ ਗੁਰੂ ਨਹੀਂ ਹੋਣਾ ਚਾਹੀਦਾ, ਇੰਨਾ ਬਹੁਤ ਵਿਚਾਰ ਨਹੀਂ ਕਿ ਗੁਰੂ ਤਾਂ ਦੇਹਧਾਰੀ ਹੋਈ ਹੋਇਆ ਕਰਦਾ। ਕੀ ਨਿਰੰਕਾਰ ਨੇ ਮਾਤਾ ਤ੍ਰਿਪਤਾ ਦੀ ਕੁੱਖ ਦੁਆਰਾ ਦੇਹ ਲੈ ਕੇ ਨਹੀਂ ਗੁਰੂ ਚਲਾਇਆ? ਕੀ ਮਾਤਾ ਗੁਜੀ ਦੀ ਕੁੱਖ ਦੁਆਰਾ ਪ੍ਰਗਟ ਹੋ ਕੇ ਉਸ ਸਰੀਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਹੀਂ ਸਲਾਇਆ? ਫਿਰ ਗੁਰੂ ਦਾ ਤੇ ਸੇਵਕ ਦਾ ਅੰਤਰਾ ਕੀ ਹੈ ਬਈ? ਗੁਰੂ ਨੂੰ ਸਵਾਏ ਆਪਣੇ ਸਰੂਪ ਦਾ ਬੋਧ ਹੈ, ਆਪਾਂ ਨੂੰ ਆਪਣੇ ਸਰੂਪ ਦਾ ਬੋਧ ਗਿਆਨ ਨਹੀਂ। ਦੋਨਾਂ ਵਿੱਚ ਹੀ ਅਕਾਲ ਪੁਰਖ ਅੰਤਰਜਾਮੀ ਅਨੁਗਤ ਮਿਲਿਆ ਹੋਇਆ ਹੈ। ਉੱਧਰ ਪ੍ਰਬੁੱਧ ਚੇਤਨ ਖਵਾਉਂਦਾ ਹੈ, ਉੱਧਰ ਪ੍ਰਬੁੱਧ ਚੇਤਨ ਕਹਾਉਂਦਾ ਹੈ। ਨਾਨਕ ਤਰਵਰ ਏਕ ਫਲ ਦੋ ਪੰਖੇ ਨੂੰ ਆਹੇ ਆਪਤ ਜਾਤ ਨਾ ਦੀਸੇ ਨਾ ਪਰ ਪੰਖ ਹੀ ਪਾਹੇ। ਐਸੇ ਸਿਧਾਂਤ ਦੀਆਂ ਪੰਗਤੀਆਂ ਜਿਉਂਦੇ ਤੁਸੀਂ ਗੁਰਬਾਣੀ ਦੇ ਨੇੜੇ ਹੋਣ ਵਾਲੇ ਗੁਰਮੁਖਾਂ ਨੂੰ ਜਦੋਂ ਭੇਤ ਖੁੱਲੇਗਾ ਉਸ ਵੇਲੇ ਪਤਾ ਲੱਗ ਜਾਵੇ ਕਿ ਗੁਰੂ ਕਿਸ ਅਵਸਥਾ 'ਚ ਹੈ, ਸੇਵਕ ਕਿਸ ਅਵਸਥਾ 'ਚ ਹੈ,
ਸਤ ਸੰਗਤ ਜੀ, ਨਿਰੰਕਾਰ ਨੇ ਨਨਕਾਣੇ ਸਾਹਿਬ ਵਿਖੇ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ ਜੋ ਗ੍ਰਿਸ਼ਟ ਆਸ਼ਰਮ ਵਿੱਚ ਪ੍ਰਵੇਸ਼ ਹਨ, ਉਹਨਾਂ ਦੇ ਪਾਸੋਂ ਇੱਕ ਸਰੀਰ ਲੈ ਕੇ ਨਾ ਮਾਇਕੀ ਰਚਨਾ ਦਾ ਨਿਰੰਕਾਰ ਨੇ ਉਹ ਸਰੀਰ ਦੇ ਵਿੱਚ ਬੈਠ ਕਰਕੇ ਆਪਣੀ ਪ੍ਰਤਕ ਜੋਤ ਰੱਖ ਕੇ ਨਾਨਕ ਨਾਮ ਸਦਾਇਆ। ਔਰ ਉਸ ਨੂੰ ਕੀ ਆਵਾਜ਼ ਦਿੱਤੀ ਕਿ ਸਾਡਾ ਗੁਰੂ ਹੈ, ਗੁਰੂ ਨੇ ਦੇਹ ਧਾਰੀ ਹੈ, ਗੁਰੂ ਦੇਹ ਨਹੀਂ ਹੈ। ਆ ਨਾਮ ਧਾਰੀ ਹੈ ਇੱਕ ਪ੍ਰੇਮੀ ਇੱਥੇ ਵੀ ਆਉਂਦਾ ਰਿਹਾ, ਮੈਨੂੰ ਕਹਿੰਦਾ ਜੀ ਤੁਸੀਂ ਸੰਤਾਂ ਦੀ ਨਿੰਦਿਆ ਵੀ ਬੜੀ ਕਰਦੇ ਹੋ, ਮਹਿਮਾ ਵੀ ਬੜੀ ਕਰਦੇ ਹੋ, ਅਸੀਂ ਤਾਂ ਦੇਹ ਧਾਰੀ ਨੂੰ ਮੰਨਦੇ ਹਾਂ, ਤੁਸੀਂ ਦੇਹ ਧਾਰੀ ਨੂੰ ਮੰਨਦੇ ਨਹੀਂ ਹੋ। ਮੈਂ ਕਿਹਾ ਨਾ ਬਈ, ਤੈਨੂੰ ਭੁਲੇਖਾ ਹੈ, ਤੁਸੀਂ ਦੇਹ ਨੂੰ ਮੰਨਦੇ ਹੋ, ਅਸੀਂ ਦੇਹ ਧਾਰੀ ਹੈ ਜਿਹਨੇ ਉਹਨੂੰ ਮੰਨਦੇ। ਅੱਜ ਨਿਰੰਕਾਰ ਨੇ ਦਸਾਂ ਸਰੂਪਾਂ ਚ ਵਰਤ ਕੇ ਸ਼ਬਦ ਰੂਪ ਦੇਹ ਧਾਰੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ, ਬਹੁਤ ਸਾਰੇ ਵਾਦ ਵਿਵਾਦੀ ਲੋਕ ਕਹਿੰਦੇ ਵੀ ਤੂੰ ਮੂਰਤੀ ਨੂੰ ਪੂਜਦੇ ਹੋ, ਮਨਮਤ ਕਰਦੇ ਹੋ, ਉਹ ਕਹਿੰਦੇ ਤੁਸੀਂ ਕਾਗਜ਼ਾਂ ਨੂੰ ਪੂਜਦੇ ਹੋ, ਕਹਿੰਦੇ ਜੇ ਪੱਥਰ ਦੀ ਬੇੜੀ ਪਾਰ ਨਹੀਂ ਕਰੂ, ਕਾਗਜ਼ਾਂ ਦੀ ਬੇੜੀ ਕਿਹੜਾ ਪਾਰ ਕਰ ਦੂਗੀ, ਉਹ ਵੀ ਗਲਜੂ ਵਿੱਚ ਹੀ। ਇਹ ਵਾਦ ਵਿਵਾਦ ਵਾਲਿਆਂ ਦੇ ਬਚਨ ਹਨ। ਸੋ ਭਾਉ ਭਗਤੀ ਚ ਕੋਈ ਝਗੜਾ ਨਹੀਂ ਪ੍ਰੇਮੀਓ। ਜੇ ਆਪਾਂ ਕਿਸੇ ਨੂੰ ਪੁੱਛ ਲਓ ਵੀ ਤੂੰ ਸਰੀਰ ਹੈ, ਕਹਿੰਦਾ ਮੈਂ ਸਰੀਰ ਥੋੜਾ ਹਾਂ, ਸਰੀਰ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ। ਜਿਹੜਾ ਗੁਰਸਿੱਖ ਹੋਊ, ਜੇ ਉਹਨੂੰ ਪੁੱਛੋ ਕਾਹਦੇ ਵਾਸਤੇ ਦਿੱਤਾ, ਉਹ ਕਹੂਗਾ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ। ਮਨਮਤੀਆਂ ਨੂੰ ਭਾਵੇਂ ਨਹੀਂ ਇਹ ਬੋਧ, ਗੁਰਮੁਖ ਸੰਗਤ ਵਿੱਚ ਆਉਣ ਵਾਲਾ ਜ਼ਰੂਰ ਕਹੇਗਾ ਕਿ ਮੈਂ ਦੇਹ ਨਹੀਂ, ਦੇਹ ਮੈਨੂੰ ਵਾਹਿਗੁਰੂ ਨੇ ਦਿੱਤੀ ਹੈ, ਇਹਦੇ ਨਾਲ ਧਰਮ ਦੀ ਕਿਰਤ ਕਰਨੀ, ਗੁਰੂ ਘਰ ਦੀ ਸੇਵਾ ਕਰਨੀ ਤੇ ਉਪਾਸ਼ਨਾ ਕਰਨੀ, ਜਿਸ ਕਰਕੇ ਜਨਮ ਸਫਲਾ ਹੋ ਜਾਵੇ। ਜਿਹੜਾ ਗਿਆਨ ਦੇ ਸਹਿਤ ਨਹੀਂ ਹੈ, ਹਲੇ ਗਿਆਨ ਦੀ ਇੱਛਾ ਰੱਖਦਾ ਹੈ, ਪਰ ਗੁਰੂ ਦੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਜਾਂਦਾ ਹੈ, ਉਹ ਦੇਹ ਨਹੀਂ ਆਪਣੇ ਆਪ ਨੂੰ ਸਮਝਦਾ। ਜਿਹੜੇ ਗੁਰੂ ਨੇ ਗਿਆਨ ਦੇਣਾ, ਉਹ ਆਪ ਦੀ ਦੇਹ ਨੂੰ ਗੁਰੂ ਸਮਝੂਗਾ ਵੀ ਆਹ ਮੇਰੀ ਜਿਹੜੀ ਦੇਹ ਬੈਠੀ ਉਹਨੂੰ ਗੁਰੂ ਮੰਨੋ। ਇਸ ਕਰਕੇ ਖਾਲਸਾ ਜੀ, ਨਿਰੰਕਾਰ ਜਦੋਂ ਵੀ ਆ ਸ੍ਰਿਸ਼ਟੀ ਦੇ ਜੀਵਾਂ ਦੀ ਕਲਿਆਣ ਕਰੇਗਾ, ਤਾਂ ਅਵਤਾਰ ਰੱਖੀ ਅਵਤਾਰ ਧਾਰ ਕੇ ਆਪਣੇ ਵਰਗੀ ਦੇਹ ਲੈ ਕੇ ਹੀ ਸਾਹਮਣੇ ਆਵੇ। ਸੋ ਗੁਰਸਿੱਖੋ, ਕੌਡੇ ਰਾਕਸ਼ ਨੇ ਆਪਣੀ ਬਿਰਥਾ ਦੱਸ ਦਿੱਤੀ, ਇਹ ਪ੍ਰਤਾਪ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ, ਕਥਾ ਐਵੇਂ ਨਹੀਂ ਸੁਣੀ ਦੀ। ਰਾਕਸ਼ ਮਾਸਾਹਾਰੀ, ਹਰ ਵੇਲੇ ਪਾਪ ਵਿੱਚ ਗ੍ਰਸਿਆ ਹੋਇਆ, ਜੇ ਉਹਨੂੰ ਦਰਸ਼ਨ ਕਰਕੇ ਮਹਾਰਾਜ ਦੇ ਪਿਛਲੇ ਜਨਮ ਦਾ ਗਿਆਨ ਹੋ ਗਿਆ, ਤਾਂ ਤੁਸੀਂ ਭਾਵਨਾ ਨਾ ਆਉਂਦੇ ਹੋ ਮਹਾਰਾਜ ਦੇ ਦਸੰਗ ਦੇ ਦਰਸ਼ਨ ਕਰਨੇ, ਉਹਦਾ ਕੋਈ ਪੁੰਨ ਨਹੀਂ ਹੈ। ਅਨੁਭਵ ਹੋ ਜਾਂਦਾ ਗੁਰਸਿੱਖ ਨੂੰ ਮਨਾ, ਜੇ ਰਾਕਸ਼ ਕੌਡੇ ਵਰਗੇ ਜਿਹੜੇ ਆਦਮਖੋਰ ਸੀ, ਉਹਨਾਂ ਦੀ ਬਿਰਤੀ ਅਵਸਥਾ ਉੱਚੀ ਹੋ ਗਈ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਕੇ, ਮਹਾਰਾਜ ਸਾਡੇ ਤੇ ਵੀ ਤਰਸ ਕਰਨਗੇ, ਸਾਡੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਣਗੇ, ਸਾਡਾ ਜਨਮ ਸਫਲਾ ਹੋ ਜਾਵੇ। ਇਹ ਸ਼ਰਧਾ ਦੀ ਲਪੇਟ ਚ ਲੈ ਕੇ ਆਪਾਂ ਸੰਗਤ ਵਿੱਚ ਬੈਠਦੇ ਹਾਂ ਪ੍ਰੇਮੀਓ। ਸੋ ਗੁਰੂ ਤਾਂ ਉਹਦਾ ਵੀ ਸੀ, ਲੇਕਿਨ ਇਸ ਘਰ ਦਾ ਜਿਹੜਾ ਗੁਰੂ ਹੈ ਨਾ ਸੰਗਤ ਦਾ, ਉਹ ਕਿਸੇ ਦਾ ਬੁਰਾ ਨਹੀਂ ਕਰਦਾ। ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਇਸ ਦਾ ਬੁਰਾ ਕਿਉਂ ਹੋਏ। ਜਿਹੜੇ ਜ਼ੁਲਮ ਕਰਨ ਵਾਲੇ ਲੋਕ ਸੀ, ਉਹਨਾਂ ਦਾ ਵੀ ਮਹਾਰਾਜ ਨੇ ਭਲਾ ਸੋਚਿਆ ਗੁਰਸਿੱਖੋ, ਨਹੀਂ ਤਾਂ ਕੌਡੇ ਰਾਕਸ਼ ਨੇ ਪਿਛਲੇ ਜਨਮ ਦਾ ਗਿਆਨ ਹੋਣੇ ਤੇ ਮਹਾਰਾਜ ਦਰਸ਼ਨ ਕਰਕੇ ਕੀ ਕਿਹਾ, ਮਹਾਰਾਜ ਮੈਂ ਬ੍ਰਾਹਮਣ ਸੀ ਪਹਿਲੇ ਜਨਮ ਚ, ਵਿਦਿਆ ਦਾ ਮਾਨੀ ਹੋਇਆ, ਗੁਰੂ ਆਇਆ ਮੈਂ ਸਤਿਕਾਰ ਨਾ ਕੀਤਾ, ਉਸ ਨੇ ਮੈਨੂੰ ਸ਼ਰਾਪ ਦੇ ਤਾ, ਜਾਂ ਰਾਕਸ਼ ਚੂਨੀ ਚ ਪੈ, ਰਾਕਸ਼ ਬੁੱਧ ਹੋ ਜਾਵੇ ਤੇਰੀ। ਮੈਂ ਹੱਥ ਜੋੜ ਕੇ ਮਾਫ਼ੀ ਮੰਗੀ, ਪੁੱਛਿਆ ਮੇਰਾ ਸ਼ਰਾਪ ਕਦੋਂ ਮਾਫ਼ ਹੋਊ, ਕਹਿਣ ਲੱਗੇ ਕਲਯੁਗ ਦਾ ਸਮਾਂ ਆ ਚੁੱਕਿਆ, ਨਿਰੰਕਾਰ ਆਪ ਪ੍ਰਗਟ ਹੋਵੇਗਾ, ਉਹ ਤੇਰੀ ਕਲਿਆਣ ਕਰੇਗਾ। ਅੱਜ ਮਹਾਰਾਜ ਉਹ ਦਿਨ ਆਇਆ, ਤੁਸੀਂ ਮੈਨੂੰ ਉਹਨਾਂ ਗੁਰੂਆਂ ਦੇ ਸਰਾਫੇ ਹੋਏ ਆਪਦੇ ਚੇਲੇ ਸੀ ਨਾ ਜਿਹੜੇ, ਉਹਨਾਂ ਦੀ ਕਲਿਆਣ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ। ਖਾਲਸਾ ਜੀ, ਇਹ ਕਥਾ ਦੀ ਸਾਰਾਂਸ ਤੋਂ ਅਸੀਂ ਇਹ ਸਿੱਖਿਆ ਲੈਣੀ ਹੈ, ਇਹ ਮਹਾਰਾਜ ਆਪ ਤੋਂ ਜਿੰਨੇ ਲੋਕਾਂ ਦੇ ਗੁਰੂ ਸੀ ਉਹਨਾਂ ਦੇ ਚੇਲਿਆਂ ਨੂੰ ਵੀ ਮੁਕਤ ਕਰਨ ਵਾਸਤੇ ਵਿਚਰਦੇ ਰਹੇ, ਅੱਜ ਅਸੀਂ ਤੁਹਾਡੇ ਘਰ ਦੇ ਮਹਾਰਾਜ ਜੰਮ ਪਲ ਗੁਰੂ ਕੇ ਸਿੱਖ ਹਾਂ।
ਜਦੋਂ ਬੇਨਤੀਆਂ ਕਰਾਂਗੇ ਭਾਈ ਆਪਾਂ ਵੀ ਕਿਰਤ ਕਿਰਤ ਹੋ ਜਾਵਾਂਗੇ। ਸੋ ਪ੍ਰੇਮੀਓ ਇਹ ਕਥਾ ਜਿਸ ਵੇਲੇ ਸੁਣੀ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲੇ ਤੋਂ ਤੁਹਾਡੇ ਰਾਕਸ਼ ਦੇ ਕਲਿਆਣ ਕਰਨ ਦੀ ਆਪ ਜੀ ਦੀ ਸਮਾਧੀ ਲੱਗ ਗਈ। ਸਮਾਧੀਆਂ ਬਥੇਰੀ ਦੁਨੀਆਂ ਲਾਉਣ ਜਾਣ ਦੀ ਧਿਆਤਾ ਧਨ ਤੇ ਗਿਆਤਾ ਗਿਆਨ ਗੇ ਤੁਰਕੁਟੀਆਂ ਦੀਆਂ ਤੁਰਕੁਟੀਆਂ ਦਾ ਭਾਵ ਨਿਰਵਿਕਲ ਸਮਾਧੀਆਂ ਆਦਿਕ। ਪਰ ਜੈਸੀ ਸਮਾਧੀ ਗੁਰੂ ਘਰ ਵਿੱਚ ਹੈ ਆਪਣੇ ਧੇ ਰੂਪ ਵਿੱਚ ਸਮਾ ਜਾਣ ਦਾ ਨਾਂ ਸਮਾਧੀ ਹੈ। ਸੋ ਆਪ ਜੀ ਤਿੰਨ ਦਿਨ ਚਾਰ ਰਾਤਾਂ ਇੱਕੇ ਆਸਣ ਤੇ ਬੈਠੇ ਰਹੇ। ਕਥਾ ਸੁਣ ਕੇ ਐਸਾ ਰਾਸ ਆਇਆ ਗੁਰੂ ਅੰਗਦ ਦੇਵ ਜੀ ਨੂੰ, ਉਹੀ ਸਰੂਪ ਹਨ, ਸਿੱਖ ਸੰਗਤਾਂ ਦੇਖਦੀਆਂ ਨੇ ਕਦੋਂ ਸਮਾਧੀ ਖੋਲਣਗੇ, ਜਿਸ ਪ੍ਰਕਾਰ ਆਪ ਜੀ ਸਮਾਧੀ ਦੇ ਉਥਾਨ ਹੋਣਗੇ। ਔਰ ਭਾਈ ਬਾਲੇ ਜੀ ਨੂੰ ਦੁਬਾਰਾ ਬੁਲਾ ਕੇ ਅੱਗੇ ਕਥਾ ਆਰੰਭ ਕਰ ਲੈਣਗੇ। ਇਹ ਆਪਾਂ ਵਿਚਾਰੀਏ ਸੁਣੋ। ਚੌਪਈ ਭਰਥਰ ਕੌਡੇ ਗੇਰ ਪ੍ਰਸੰਗਾ। ਭਰਥਰੀ ਨੂੰ ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ ਉਹਦੀ ਕਲਿਆਣ ਕੀਤੀ, ਇਸ ਤਰ੍ਹਾਂ ਕੌਡੇ ਰਾਕਸ਼ ਦਾ ਭਲਾ ਕੀਤਾ। ਇਹ ਪ੍ਰਸੰਗ ਸ੍ਰੀ ਅੰਗਦ ਪ੍ਰੇਮ ਉਮੰਗਾ। ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਪ੍ਰੇਮ ਦਾ ਉਛਾਲਾ ਆਇਆ ਸੁਣ ਕੇ ਕਥਾ। ਲਗੀ ਸਮਾਧ ਜੁਟੇ ਜੁਗ ਨੰਨਾ। ਆਪ ਜੀ ਤਪਿਆਣੇ ਸਾਹਿਬ ਖਡੂਰ ਸਾਹਿਬ ਵਿਖੇ ਸਥਿਤ ਹਨ। ਸਮਾਧੀ ਲੱਗਦੀ ਦੋਨੋ ਨੇਤਰ ਵਿੱਚ ਲੈ। ਅੰਗ ਅਡੋਲ ਨਾ ਉਚਰਤ ਬੈਨਾ। ਸਾਰੇ ਅੰਗ ਅਡੋਲ ਨੇ, ਖਿਲਦੇ ਨਹੀਂ, ਚੌਂਕੜਾ ਮਾਰੀ ਬੈਠੇ ਹਨ। ਸਰੋਤਾ ਬਖਤਾ ਹਟ ਕਰ ਸਭ ਹੀ। ਬਖਤਾ ਸੁਣਾਉਣ ਵਾਲਾ ਕਥਾ ਭਾਈ ਬਾਲਾ ਜੀ, ਸਰੋਤੇ ਜਿਤਨੇ ਬਾਬਾ ਬੁੱਢਾ ਜੀ ਜੈਸੇ, ਭਾਈ ਜੀਵਾ ਜੀ ਜੈਸੇ, ਗੁਰਮੁਖ ਗੁਰਸਿੱਖ ਸਾਰੇ ਉੱਠ ਕੇ ਚਲੇ ਗਏ। ਨਿਜ ਨਿਜ ਥਾਨ ਗਏ ਚਲ ਤਬ ਹੀ। ਆਪੋ ਆਪਣੇ ਥਾਵਾਂ ਤੇ ਵਿਸਰਾਮ ਕੀਤਾ ਚੱਲ ਕੇ। ਬੀਤ ਗਏ ਜਬ ਜਾਮ ਸਤਾਈ। ਸਤਾਈ ਪਹਿਰ ਤਿੰਨ ਘੰਟੇ ਦਾ ਇੱਕ ਪਹਿਰ ਹੁੰਦਾ ਹੈ। ਤਕਰੀਬਨ ਤਿੰਨ ਰਾਤ ਤਿੰਨ ਦਿਨ ਚਾਰ ਰਾਤਾਂ ਜਦੋਂ ਲੰਘ ਗਈਆਂ, ਮਹਾਰਾਜ ਨੂੰ ਸਮਾਧੀ ਚ ਬੈਠੇ ਨੇ ਗੁਰੂ ਅੰਗਦ ਦੇਵ ਜੀ। ਤਪਨਾ ਚੇਤਨਤਾ ਤਨ ਆਈ। ਫੇਰ ਵੀ ਸਾਹਿਬ ਧਾਨ ਹੋ ਕੇ ਉੱਠੇ ਨਹੀਂ, ਇਤਨਾ ਪਰਪੱਕ ਧਿਆਨ ਹੈ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ। ਖਾਨ ਪਾਨ ਇਸ਼ਨਾਨ ਬਹੀਨੇ। ਛਕਿਆ ਛਕਾਇਆ ਕੁਝ ਨਹੀਂ, ਕੁਝ ਪੀਤਾ ਨਹੀਂ, ਇਸ਼ਨਾਨ ਤਾਂ ਕੀ ਕਰਨਾ ਸੀ। ਬੀਤੇ ਆਸਨ ਏਕ ਅਸੀਨੇ। ਚੌਂਕੜਾ ਮਾਰ ਕੇ ਇੱਕ ਆਸਣ ਤੇ ਬਤੀਤ ਹੋ ਗਏ ਗੁਰੂ ਅੰਗਦ ਦੇਵ ਜੀ ਨੂੰ। ਭੈ ਕਰ ਕੋਈ ਨਾ ਸਕੈ ਬੁਲਾਏ। ਗੁਰੂ ਕੇ ਸਿੱਖ ਭੈ ਧਾਰਦੇ ਨੇ, ਕੋਈ ਬੁਲਾਉਂਦੇ ਨਹੀਂ। ਵੈਸੇ ਪਾਸ ਭਿਖੈ ਦਰਗ ਲਾਏ। ਨੇੜੇ ਬੈਠੇ ਨੇਤਰ ਜਿਵੇਂ ਚਕੋਰ ਲਾਉਂਦਾ ਹੈ ਚੰਦਰਮਾ ਵੱਲ, ਬਹੁਤੀਆਂ ਸਾਰੀਆਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ, ਐ ਸਾਰੇ ਗੁਰਸੇ ਗੁਰੂ ਅੰਗਦ ਦੇਵ ਜੀ ਦੇ ਚਿਹਰੇ ਦੇ ਦਰਸ਼ਨ ਕਰ ਰਹੇ ਹੈ। ਬਹਰੋ ਛੁੱਟੀ ਸਮਾਧ ਆਨੰਦਾ। ਸਤਾਈ ਪਹਿਰ ਲੰਘ ਗਏ ਜਦੋਂ ਸਤਸੰਗ ਜੀ ਚੌਥਾ ਦਿਨ ਚੜ੍ਹਨ ਵਾਲਾ ਸੀ ਤੜਕੇ, ਫੇਰ ਆਪ ਜੀ ਦੀ ਸਮਾਧੀ ਖੁੱਲੀ। ਉੱਠ ਕਰ ਮੱਚਨ ਕੀਨ ਮੁਕੰਦਾ। ਮੁਕਤੀ ਦਾਤੇ ਗੁਰੂ ਅੰਗਦ ਦੇਵ ਜੀ ਨੇ ਉੱਠ ਕੇ ਇਸ਼ਨਾਨ ਕੀਤਾ। ਖਾਨ ਪਾਨ ਕਰ ਕੈ ਨਿਜ ਸਭ ਹੀ। ਲੰਗਰ ਦੇ ਵਿੱਚ ਸਾਰੀਆਂ ਸੰਗਤਾਂ ਸਮੇਤ ਸ਼ਕ ਚਕਾ ਕੇ ਕਥਾ ਸਮਾਜ ਬੁਲਾਵਾ ਤਬ ਹੀ। ਜਿੰਨੇ ਕਥਾ ਦੇ ਸਰੋਤੇ ਸੀ ਸਾਰਿਆਂ ਨੂੰ ਵਾਜਾ ਦਿੱਤਾ, ਭਾਈ ਬਾਲੇ ਜੀ ਨੂੰ ਬੁਲਾ ਲਿਆ। ਸਰੋਤਾ ਬਖਤਾ ਸਭ ਚਲ ਆਏ। ਕਥਾ ਪ੍ਰੇਮ ਨਾਲ ਸੁਣ ਵਾਲੇ ਨਾਮ ਦੇ ਰਸੀਏ ਗੁਰਮੁਖ ਬਖਤਾ ਭਾਈ ਬਾਲਾ ਜੀ ਆ ਗਏ। ਨਿਜ ਨਿਜ ਆਸਨ ਬੈਠ ਸੁਹਾਏ। ਆਪੋ ਆਪਣੇ ਆਸਣਾ ਤੇ ਬੈਠ ਕੇ ਸੰਗਤ ਸੋਭਦੇ ਹਨ। ਕਥਾ ਕਥਨ ਲਾਗਿਓ ਤਬ ਬਾਲਾ। ਭਾਈ ਬਾਲਾ ਜੀ ਕਥਾ ਲੱਗਿਆ ਕਹਿਣ। ਸ੍ਰੀ ਅੰਗਦ ਜੀ ਸੁਣਾਇਆ ਕਿਰਪਾਲਾ। ਹੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਸੁਣੋ। ਸ੍ਰੀ ਬਾਲਾ ਸੁੰਦਰ ਵਾਚ ਸੰਧੂ ਬੋਧ ਸੀ ਭਾਈ ਬਾਲਾ ਜੀ ਦਾ ਬੋਲਦੇ ਹਨ। ਰਾਕਸ਼ ਕੋ ਇਹ ਵਕੀਨ ਉਧਾਰਾ। ਹੇ ਗੁਰੂ ਅੰਗਦ ਦੇਵ ਜੀ ਮੈਂ ਨਾਲ ਸੀ, ਗੁਰੂ ਨਾਨਕ ਦੇਵ ਜੀ ਅੱਖੀ ਦਿੱਠੇ, ਮੈਂ ਕੌਤਕ ਦੱਸਦਾ ਹਾਂ। ਜਦੋਂ ਕੌਡੇ ਰਾਕਸ਼ ਦੀ ਕਲਿਆਣ ਕਰਤੀ, ਆਗੇ ਗਮਨੇ ਮੁਕਤ ਉਦਾਰਾ। ਮੁਕਤੀ ਦੇ ਦਾਤੇ ਅੱਗੇ ਚੱਲ ਪਏ। ਜਹ ਕਾਨ ਨਿਦਾਰਨ ਹੈ ਸਗਰਾ। ਬੜਾ ਭਿਆਨਕ ਸਾਰਾ ਸੰਘਣਾ ਤੇ ਭਿਆਨਕ ਜੰਗਲ ਹੈ। ਨਿਕਟ ਨਾ ਜਾ ਕੇ ਕੇਠਾ ਨਗਰਾ। ਨੇੜੇ ਤੇੜੇ ਕੋਈ ਨਗਰ ਵਸਦੀ ਨਹੀਂ ਹੈ। ਮੰਦ ਮੰਦ ਤਹਿਕੀਨ ਪਿਆਨਾ। ਅਸੀਂ ਦੋਨੋਂ ਵਰਦਾਨਾ ਤੇ ਮੈਂ ਮਗਰ ਸਾਂ। ਆਪ ਜੀ ਹੌਲੀ ਹੌਲੀ ਚੱਲ ਪਏ। ਛਿਨ ਕਹਿਣ ਲੱਗਾ ਮਰਦਾਨਾ। ਐਸੀ ਮਹਾਰਾਜ ਜੀ ਨੇ ਕਲਾ ਵਰਤਾਈ, ਗੁਰੂ ਨਾਨਕ ਦੇਵ ਜੀ ਨੇ ਬਰਦਾਨੇ ਦੇ ਅੰਦਰ ਫੁਰਨਾ ਫੁਰਿਆ, ਲੱਗਾ ਕਹਿਣ ਹੇ ਪ੍ਰਭ ਮੁਕੋ ਸੁਧਾ ਸੰਤਾਇਓ। ਹੇ ਗੁਰੂ ਨਾਨਕ ਦੇਵ ਜੀ ਮਰਦਾਨਾ ਕਹਿੰਦਾ ਮੈਨੂੰ ਤਾਂ ਭੁੱਖ ਨੇ ਬੜਾ ਤੰਗ ਕੀਤਾ। ਬੀਤੇ ਕਿਤਕ ਦਿਨ ਅਸਲ ਨਾ ਖਾਇਓ। ਤੁਸੀਂ ਮੈਨੂੰ ਮਸਾਂ ਬਚਾਇਆ, ਇਹਨੇ ਕਿਹੜਾ ਮੈਨੂੰ ਭੋਜਨ ਛਕਾਇਆ। ਕੌਡੇ ਰਾਕਸ਼ ਨੇ ਕਿਰਪਾ ਕਰੋ, ਕਈ ਦਿਨ ਬਤੀਤ ਹੋ ਗਏ, ਭੋਜਨ ਨਹੀਂ ਮੈਂ ਛਕਿਆ। ਚੱਲ ਨਾ ਸਕੋ ਇੱਕ ਪੈਰ ਅਗਾਰੀ।
ਸਫ਼ਰ ਕਰਨਾ ਇੱਕ ਪੈਰ ਵੀ ਅੱਗੇ ਕਦਮ ਵੀ ਤੋਂ ਪੁੱਟ ਹੁੰਦਾ ਨਿਕਟ ਨਾ ਪੁਰ ਚਹੁ ਦੁਸ਼ਮਣ ਭਾਰੀ ਚਾਰ ਚੁਫੇਰੇ ਜੰਗਲੀ ਆ ਜੰਗਲ ਸੰਘਣਾ ਕੋਈ ਨਗਰ ਵੀ ਨੀ ਦਿਸਦਾ ਸੁਣ ਬੇ ਬੋਲੇ ਬੇਦੀ ਕੁਲ ਦੀਪਾ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਦੇਵ ਜੀ ਮਰਦਾਨੇ ਦੀ ਬਚਨ ਸੁਣ ਕੇ ਬੋਲੇ ਧੀਰ ਧਰੋ ਹੈ ਨਗਰ ਸਮੀਪਾ ਭਾਈ ਮਰਦਾਨਿਆ ਘਬਰਾ ਨਾ ਧੀਰਜ ਧਾਰ ਨਗਰ ਨੇੜੇ ਹੀ ਆ ਰਿਹਾ ਇਬ ਵਿਲਾਵ ਦੇ ਕਰਤ ਬਿਆਨਾ ਐ ਜਿਵੇਂ ਬੱਚੇ ਨੂੰ ਪਰਚਾਈ ਦਾ ਆ ਗਏ ਆਪਾਂ ਪਹੁੰਚ ਗਏ ਨੇੜੇ ਹੀ ਹਾਂ ਐ ਸਤਿਗੁਰੂ ਜੀ ਪਰਚਾਉਂਦੇ ਮਰਦਾਨੇ ਨੂੰ ਲਈ ਜਾ ਰਹੇ ਨੇ ਗਏ ਉਲੰਗ ਸਰਬ ਉਦਿਆਨਾ ਜਿੰਨੀ ਉਜਾੜ ਸੀ ਘਣਾ ਜੰਗਲ ਸਭ ਲੰਘ ਗਏ ਤੀਨ ਕੋਸ ਤੇ ਨਗਰ ਸੁਹਾਵਾ ਦੇਖਿਆ ਬੜਬੜੀਆਂ ਅਟਾਰੀਆਂ ਹਨ ਬਸੰਬਰਪੁਰ ਨਗਰ ਜਿਸ ਨੂੰ ਅੱਜ ਕੱਲ ਪਟਨਾ ਸਾਹਿਬ ਆਪਾਂ ਕਹਿੰਦੇ ਹਾਂ ਇਹ ਦਿਖਾਈ ਦਿੱਤਾ ਮਰਦਾਨੇ ਕੋ ਪ੍ਰਭੂ ਦਿਖਾਵਾ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਖਾਇਆ ਮਰਦਾਨੇ ਉਹ ਦੇਖ ਨਗਰ ਆ ਗਿਆ ਹੈ ਉੱਥੇ ਭੋਜਨ ਛਕਾਵਾਂਗੇ ਸੁੰਦਰਪੁਰ ਦੇਖੋ ਥਲ ਉੱਚੇ ਦੇਖ ਉੱਚੇ ਥਾਂ ਗੰਗਾ ਦੇ ਕਿਨਾਰੇ ਕੀ ਸੋਹਣਾ ਨਗਰ ਹੈ ਆਹੋ ਅਸਲ ਤਾਂ ਚਲੋ ਪਹੁੰਚੇ ਚੱਲ ਉੱਥੇ ਪਹੁੰਚੀਏ ਤੈਨੂੰ ਭੋਜਨ ਦੇਈਏ ਛਕਣ ਨੂੰ ਸੁਣੋ ਬੋਲਿਓ ਹੇ ਪ੍ਰਭ ਗੁਣ ਖਾਨੇ ਉਸ ਵੇਲੇ ਮਹਾਰਾਜ ਦੇ ਬਚਨ ਸੁਣ ਕੇ ਮਰਦਾਨਾ ਬੋਲਿਆ ਹੇ ਗੁਣਾ ਦੀ ਖਾਨ ਸਤਿਗੁਰੂ ਮਾਮ ਸਰੀਰ ਭਾ ਬਲ ਤੇ ਹਾਨੇ ਕਈ ਦਿਨ ਹੋ ਗਏ ਭੋਜਨ ਛਕੇ ਨੂੰ ਮੇਰੇ ਸਰੀਰ ਚ ਬਲ ਨੀ ਰਿਹਾ ਹੈ ਮ੍ਰਿਤੂ ਹੋਇਆ ਪਰਿਓ ਰਹਿ ਕਿਹ ਥਾਨਾ ਅੱਜ ਛਕਾ ਦਿਓਗੇ ਕੱਲ ਨੂੰ ਫੇਰ ਕਿਤੇ ਭੁੱਖ ਲੱਗੂਗੀ ਐ ਸਫ਼ਰ ਚ ਕਿਤੇ ਮੇਰਾ ਸਰੀਰ ਮ੍ਰਿਤੂ ਦੇ ਘਾਟ ਉਤਰ ਕੇ ਪੈ ਜਾਵੇਗਾ ਸਭ ਵਿਦ ਮੈਂ ਨਿਰਣੈ ਕਰ ਜਾਣਾ ਮੈਂ ਤਾਂ ਇਹੀ ਨਿਰਣੈ ਕਰਕੇ ਸਾਰੇ ਪੱਖਾਂ ਤੋਂ ਜਾਣ ਲਿਆ ਮੀਨ ਖੁਦਾਏ ਅਵੈ ਅੰਮ੍ਰਿਤ ਮੋਰੀ ਖੁਦਾ ਨੇ ਹੁਣ ਮੇਰੀ ਮੌਤ ਹੀ ਕਰ ਦੇਣੀ ਹੈ ਮਹਾਰਾਜ ਅੱਧੀ ਮੌਤ ਮੁਸਾਫਰੀ ਸਾਰੀ ਮੌਤ ਭੁੱਖ ਇਹ ਰਵਾਇਤ ਹੈ ਜਗ ਜੀਵਨ ਤੇ ਟੂਟੀ ਡੋਰੀ ਸੰਸਾਰ ਦੇ ਤੇ ਜਾਣ ਦੀ ਤਾਂ ਮੇਰੀ ਆਸ ਟੁੱਟ ਗਈ ਆਇਓ ਨਗਰ ਤਹਾ ਕਿਆ ਹੋਏ ਮਹਾਰਾਜ ਕਹਿੰਦੇ ਤਾਂ ਹੋ ਵੀ ਉਹ ਨਗਰ ਆਇਆ ਭੋਜਨ ਛਕਾਂਗੇ ਜੇ ਨਗਰ ਚ ਪਹੁੰਚ ਗਏ ਉੱਥੇ ਕੀ ਭੋਜਨ ਲਈ ਬੈਠਾ ਕੋਈ ਤੀਰ ਗੰਟ ਹਮ ਦਾਮ ਨਾ ਕੋਏ ਮੇਰੇ ਪੱਲੇ ਤਾਂ ਇੱਕ ਦਮੜੀ ਵੀ ਨਹੀਂ ਹੈ ਉੱਥੇ ਭੋਜਨ ਕਿੱਥੋਂ ਲਊਗਾ ਬਿਨਾਂ ਲਈਏ ਕੋ ਦੇਵੈ ਨਾਹੀਂ ਕੋਈ ਬਿਨਾਂ ਕੀਮਤ ਲਈ ਤੋਂ ਭੋਜਨ ਨਹੀਂ ਦਿੰਦਾ ਕੈਸੇ ਖਾਊਂ ਅਸਨ ਪੁਰ ਮਾਹੀਂ ਉਸ ਪੁਰੀ ਵਿੱਚ ਪਹੁੰਚ ਕੇ ਭੋਜਨ ਕਿੱਥੋਂ ਛਕਾਂਗਾ ਤੇਰੇ ਗੁਰ ਸੁਨੇ ਵਾਕ ਅਸ ਜਬ ਹੀ ਜਦੋਂ ਦੁੱਖ ਦਾਇਕ ਬਚਨ ਸੁਣੇ ਇਸ ਮਰਦਾਨੇ ਦੀ ਦੇ ਮੁਖ ਤੋਂ ਮਹਾਰਾਜ ਬੋਲੇ ਪਾਕ ਸੋ ਰੇਤ ਫਰੋਰੀ ਤਬ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜੇ ਸਭ ਧਰਤੀ ਕੰਚਨ ਕਰ ਦੀਜੇ ਬਿਨ ਨਾਵੈ ਅਵਰ ਨ ਭਾਇਆ ਰਾਮ ਜੇ ਭਾਈ ਗੜੀਏ ਵਰਗੇ ਗੁਰੂ ਕੇ ਸਿੱਖ ਤੁਰੇ ਜਾਂਦੇ ਰੇਤੇ ਦੇ ਉੱਤੇ ਦੇਸੀ ਮਾਰ ਕੇ ਧਰਤੀ ਸੋਨੇ ਦੀ ਬਣਾ ਸਕਦੇ ਹਨ ਮੀਆਂ ਦੋਲੇ ਵਰਗਿਆਂ ਨੂੰ ਦਿਖਾਉਣ ਵਾਸਤੇ ਗੁਜਰਾਤ ਦੇ ਇਲਾਕੇ ਵਿੱਚ ਤਾਂ ਭਾਈ ਗੁਰੂ ਨਾਨਕ ਦੇਵ ਜੀ ਤਾਂ ਮਹਿਮਾ ਬਹੁਤ ਹੈ ਉੱਤੇ ਕੀ ਕਮੀ ਆ ਪਦਾਰਥ ਦੀ ਸੋ ਆਪ ਜੀ ਸਤਸੰਗ ਜੀ ਉਸ ਵੇਲੇ ਖੱਬੇ ਚਰਨ ਦੇ ਗੁੱਠੇ ਨਾਲ ਧਰਤੀ ਦੇ ਉੱਤੇ ਰੇਤਾ ਜਿਹਾ ਫਰੋਲਿਆ ਵਿੱਚੋਂ ਲਾਲ ਕੱਢ ਦਿੱਤਾ ਜਾਕੀ ਸੋਭਾ ਦਿਪਤ ਵਿਸਾਲ ਉਸ ਲਾਲ ਦੀ ਜਿਹੜੀ ਸੋਭਾ ਪ੍ਰਕਾਸ਼ ਸੀ ਬੜਾ ਬਹੁਤ ਅਸਚਰਜ ਸੀ ਬੰਧਨ ਗੰਠ ਚਹੋ ਮਰਦਾਨਾ ਮਹਾਰਾਜ ਕਹਿੰਦੇ ਮਰਦਾਨਿਆਂ ਲੈ ਜੇ ਪੱਲੇ ਕੋ ਬੰਨਣਾ ਚਾਹੁਣ ਆ ਲਾਲ ਪੱਲੇ ਬੰਨ ਲੈ ਲੈ ਬੰਧੋ ਨਿਜ ਤੀਰ ਸੰਗਾਨਾ ਆਪਣੇ ਪੱਲੇ ਨਾ ਬੰਨ ਲੈ ਹੋਕਾ ਨਾ ਲਈ ਮੇਰੇ ਕੋਲ ਕੁਝ ਹੈ ਨੀ ਪਰ ਹੋ ਧੀਰ ਉਰ ਕਰੋ ਪਿਆਨਾ ਪਰ ਧੀਰਜ ਧਾਰ ਭੁੱਖ ਉੱਥੇ ਮਿਟ ਜਾਣੀ ਆ ਭੋਜਨ ਤੈਨੂੰ ਦਸਵਾਵਾਂਗੇ ਸ਼ਹਿਰ ਵਿੱਚ ਹੋਰ ਪੰਥ ਟਿਗ ਹੈ ਪੁਰਥਾਨਾ ਹੋਰ ਪੰਥ ਟਿਗ ਹੈ ਪੁਰਥਾਨਾ ਤਾਂ ਨਗਰੀ ਦਾ ਸਥਾਨ ਨੇੜੇ ਹੀ ਆ ਰਸਤਾ ਥੋੜਾ ਹੀ ਆ ਤੈਅ ਕਰਨ ਵਾਲਾ ਦੋਹਰਾ ਇਹ ਪਾਹਨ ਕਿਆ ਕਾਜ ਹੈ ਹੁਣ ਖਾਲਸਾ ਜੀ ਕੀ ਪਤਾ ਹੁੰਦਾ ਹੈ ਕਹਿੰਦੇ ਜੀ ਇਹ ਪੱਥਰ ਜਿਹਾ ਮੇਰੇ ਕਿਸੇ ਕੰਮ ਹੈ ਮੇਰੇ ਪੱਲੇ ਬਣਾ ਦਿੱਤਾ ਤੁਸੀਂ ਕਛੂ ਨਾ ਦੇਵ ਹੈ ਕੋਏ ਇਹ ਪੱਥਰ ਦੇ ਬੱਟੇ ਕਿਸੇ ਨੇ ਮੈਨੂੰ ਰੋਟੀ ਕਿੱਥੇ ਖਵਾਉਣੀ ਹੈ ਹੋਏ ਦਾਮ ਨਿਜ ਪਾਸ ਜੇ ਰੁਪਈਆ ਹੁੰਦਾ ਨਾ ਜਾਂ ਕੋਈ ਮੋਹਰ ਹੁੰਦੀ ਮੇਰੇ ਪਾਸ ਜੋ ਲੇਵਹਿ ਸੋਏ ਜੋ ਚਾਹੁੰਦਾ ਮੈਂ ਉੱਥੋਂ ਖਰੀਦ ਸਕਦਾ ਸੀ ਜੋ ਪਈ ਆ ਕੇ ਬੰਦੇ ਭੁੱਖ ਨਾ ਜਾਵੇ ਹੈ ਇਹ ਪੱਥਰੀ ਜੀ ਪੱਲੇ ਬੰਨਣ ਨਾਲ ਮੇਰੀ ਭੁੱਖ ਤਾਂ ਮਿਟੀ ਨਹੀਂ ਜਬ ਲੋ ਹਾਥ ਆਹਾਰ ਨਾ ਆਵੇ ਜਿੰਨਾ ਚਿਰ ਭੋਜਨ ਹੱਥ ਵਿੱਚ ਨਹੀਂ ਆਉਂਦਾ ਫਿਰ ਗੁਰ ਕਹੈ ਨਿਕਟ ਹੈ ਨਗਰੀ ਮਹਾਰਾਜ ਕਹਿੰਦੇ ਸਾਹਮਣੇ ਨਗਰੀ ਦੀਂਦੀ ਆ ਮਰਦਾਨਿਆ ਤਹ ਕੀਮਤ ਇਸ ਹੋਏ ਉਜਗਰੇ ਜਿਹੜੀ ਨੂੰ ਬੱਟੀ ਜੀ ਦੱਸਦਾ ਤੂੰ ਇਹਦੀ
ਜਿਹੜੀ ਕੀਮਤ ਆ ਉੱਥੇ ਪ੍ਰਗਟ ਹੋਵੇਗੀ। ਤਿੰਨ ਕੋਸ ਮਿਖ ਚੱਲ ਤਤਕਾਲ, ਜਦੋਂ ਤਿੰਨ ਕੋ ਖਾਲਸਾ ਜੀ ਛੇਤੀ ਲੰਘ ਗਏ, ਜਿਉਂ ਧੀਰਗ ਤੇ ਤੁਰੇ ਕਿਰਪਾਲਾ, ਜਿਉਂ ਧੀਰਜ ਦੇ ਕੇ ਮਹਾਰਾਜ ਚੱਲ ਪਏ ਪਹੁੰਚ ਗਏ। ਅੱਜ ਲੱਜਤ ਹੋਵਤ ਮਰਦਾਨਾ, ਮਰਦਾਨਾ ਬਹੁਤ ਸ਼ਰਮਿੰਦਾ ਹੋ ਰਿਹਾ, ਪਤਾ ਵੀ ਅੱਗੇ ਮਸਾਂ ਮੈਂ ਛੁੱਟਿਆ ਕੌਡੇ ਰਾਕਸ ਤੋਂ, ਮਹਾਰਾਜ ਨੂੰ ਕੁਝ ਕਹਿ ਵੀ ਨਹੀਂ ਸਕਦਾ, ਭੁੱਖ ਦਾ ਵੀ ਤੰਗ ਕੀਤਾ ਹੋਇਆ। ਹਿਰਦੇ ਖਿਜਤ ਨਹ ਕਰਤ ਬਖਾਨਾ, ਮੂੰਹੋਂ ਕੁਝ ਬੋਲਦਾ ਨਹੀਂ, ਹਿਰਦੇ ਚ ਖਿਜਦਾ ਜਰੂਰ ਹੈ। ਮੰਦ ਮੰਦ ਬੇਦੀ ਕੁਲ ਦੀਪਾ, ਇਧਰ ਬੇਦੀਆਂ ਦੇ ਕੁਲ ਪ੍ਰਕਾਸ਼ ਰੂਪ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਮੌਜ ਵਿਚ ਚੱਲ ਰਹੇ ਨੇ। ਚੱਲ ਘਰ ਪਹੁੰਚੇ ਨਗਰ ਸਮੀਪਾ, ਜਿੱਥੇ ਗਊ ਘਾਟ ਸਥਾਨ ਹੈ, ਸੰਗਤਾਂ ਦਰਸ਼ਨ ਕਰਨੀਆਂ ਬਹੁਤ ਪ੍ਰੇਮੀਆਂ ਨੇ ਕੀਤੇ ਹੋਣਗੇ ਪਟਨੇ ਸਾਹਿਬ, ਉਸ ਸਥਾਨ ਤੇ ਆਪ ਜੀ ਪਹੁੰਚੇ ਹਨ। ਬਿਟਬ ਬਿਲੋਕ ਏਕ ਰਮਣੀਕਾ, ਸੋਹਣਾ ਸੁੰਦਰ ਇੱਕ ਬਿਰਚ ਦੇਖ ਕੇ ਗੰਗਾ ਦੇ ਕਿਨਾਰੇ ਬੈਠ ਗਏ ਤਹ ਸਭ ਜਗ ਟੀਕਾ, ਸਾਰੇ ਜਗ ਦੇ ਤਿਲਕ ਰੂਪ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਬੈਠ ਗਏ ਖਾਲਸਾ ਜੀ। ਸਭ ਮਰਦਾਨੇ ਬਚਨ ਉਚਾਰਾ, ਮਰਦਾਨੇ ਨੇ ਬਚਨ ਕਹੇ ਉਸ ਵੇਲੇ, ਜਿਉਂ ਤੁਮ ਕਹੋ ਕਰੋ ਤਿਉਂ ਕਾਰਾ, ਦੱਸੋ ਮਹਾਰਾ ਹੁਣ ਭੋਜਨ ਦਾ ਇੰਤਜ਼ਾਮ ਕਰੀਏ, ਮੈਨੂੰ ਜੋ ਹੁਕਮ ਕਰੋ ਉਹੀ ਕਿਰਤ ਕਰਾਂ। ਲਾਲ ਨਾਮ ਕਹਿ ਦਿਓ ਜੋ ਮੋਹੀ, ਜਿਹੜਾ ਮੇਰਾ ਪੱਲਾ ਬੰਨੇ ਆ ਤੁਸੀਂ ਬੱਟੀ ਜਿਹੀ, ਇਹਨੂੰ ਲਾਲ ਕਿਹਾ ਤੁਸੀਂ, ਇਸ ਤੇ ਕੌਣ ਕਾਜ ਅਬ ਹੋਈ, ਦੱਸੋ ਇਹ ਤੋਂ ਕੀ ਲਾਭ ਹੋਊ, ਕੀ ਕੰਮ ਲਈਏ। ਕਮਲ ਬਦਨ ਤੇ ਬਿਗਸ ਬਖਾਨਾ, ਕਮਲ ਵਰਗੇ ਚਿਹਰੇ ਤੋਂ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ, ਨਗਰ ਨਾਮ ਜਾਣੋ ਕੇ ਨਾ ਜਾਣਾ, ਮਰਦਾਨੇ ਓ ਦੱਸ ਤੈਨੂੰ ਨਗਰ ਦੇ ਨਾਂ ਦਾ ਪਤਾ ਕੇ ਨਹੀਂ। ਓ ਪ੍ਰਭ ਜੀ ਕਿਆ ਨਾਮ ਹੈ ਮਾਹੀ, ਭੁੱਖ ਲੱਗੀ ਹੈ, ਕਹਿੰਦਾ ਮਹਾਰਾ ਮੈਨੂੰ ਕੀ ਨਾਂ, ਨਾ ਕੋਈ ਹੋਵੇ ਸ਼ਹਿਰ ਦਾ ਨਾਂ, ਅਸਨ ਖਾਨ ਦੇਵੋ ਕਹਿ ਨਾਹੀ, ਭੋਜਨ ਛਕਣ ਦੇਵੋਗੇ ਕਿ ਨਹੀਂ, ਐਵੇਂ ਜਿਵੇਂ ਤੜਫਾਵੋਗੇ, ਜੋ ਬਿਦ ਕਰਨੀ ਨਹੀਂ ਪਤਾਵੋ, ਜਿਹੜੀ ਗੱਲ ਨਹੀਂ ਕਰਨੀ ਉਹ ਤੁਸੀਂ ਦੱਸਦੇ ਹੋ, ਨਗਰ ਤੋਂ ਕੀ ਲੈਣਾ ਵੀ ਕੋਈ ਹੋਇਆ ਨਾਂ, ਮੈਨੂੰ ਭੋਜਨ ਛਕਾਓ ਛੇਤੀ, ਬਾਤਾਂ ਕਰਤੇ ਦਿਵਸ ਬਤਾਵੋ, ਗੱਲਾਂ ਬਾਤਾਂ ਦੇ ਨਿਗਾ ਦਿੱਤਾ ਕਰਦੇ ਆ ਗੱਲਾਂ ਬਾਤਾਂ, ਤੁਸੀਂ ਹਸਨ ਹੇਤ ਬੋਲੇ ਸੁਖ ਧਾਮੂ, ਹੱਸਦੇ ਹੋਏ ਸੱਚੇ ਪਾਤਸ਼ਾਹ ਸੁਖਾਂ ਦਾ ਘਰ ਗੁਰੂ ਨਾਨਕ ਦੇਵ ਜੀ ਬੋਲੇ, ਜਾਨ ਬਸੰਬਰਪੁਰ ਇਹੋ ਨਾਮੂ, ਮੈਂ ਮਰਦਾਨਿਆ ਤੈਨੂੰ ਅਸੀਂ ਦੱਸਦੇ ਹਾਂ ਬਸੰਬਰਪੁਰ ਹੈ ਸ਼ਹਿਰ ਦਾ ਨਾਂ, ਕੋ ਨਾਮ ਨਗਰ ਕਾ ਹੋ, ਕਹਿੰਦਾ ਜੀ ਮੈਨੂੰ ਨਾ ਸੁਣਾਓ, ਮੈਨੂੰ ਨੀ ਚੰਗਾ ਲੱਗਦਾ ਕੋਈ ਹੋਵੇ ਸ਼ਹਿਰ ਦਾ ਨਾਂ, ਬਹੁਤ ਸੁਧਾ ਲਾਗੀ ਅਬ ਮੋਹੂ, ਮੈਨੂੰ ਬਹੁਤ ਭੁੱਖ ਲੱਗ ਰਹੀ ਹੈ, ਰਮ ਤੇ ਨਿਰਬਲ ਕਾਇਆ ਸਗਰੀ, ਮੇਰੀ ਸਾਰੀ ਦੇਹ ਹੱਡ ਪੈ ਦੁਖੀ ਜਾਂਦੇ ਆ, ਥੱਕਿਆ ਹੋਇਆ ਹਾਂ, ਕਿਉਂ ਪਹੁੰਚੇ ਹੈ ਢਿਗ ਨਗਰੀ, ਮਸਾਂ ਮਸਾਂ ਨਗਰ ਦੇ ਨੇੜੇ ਪਹੁੰਚੇ ਹੈ, ਦੋਹਰਾ ਕਰਨਾ ਨਿਤ ਬਿਗ ਸੇ ਬਹੁਰ, ਕਿਰਪਾ ਦੇ ਸੁੰਦਰ ਸਤਿਗੁਰੂ ਜੀ ਹੱਸੇ ਉਸ ਵੇਲੇ, ਬੋਲੇ ਤੇ ਸੋ ਬੈਨ ਮਰਦਾਨੇ ਪ੍ਰਤੀ ਬਚਨ ਬੋਲੇ, ਨਗਰ ਵਿਖਾ ਗਬਨੋ ਅਬ, ਚੰਗਾ ਮਰਦਾਨਿਆ ਹੁਣ ਨਗਰ ਵਿਚ ਪ੍ਰਵੇਸ਼ ਹੋ ਜਾ ਕੇ, ਜੌਹਰੀ ਐਨ ਕਿਸੇ ਜੌਹਰੀ ਦਾ ਘਰ ਦੇਖ ਜਾ ਕੇ ਦੁਕਾਨ ਤੇ ਪਹੁੰਚ, ਇਹ ਲਾਲ ਦੀ ਕੀਮਤ ਪਵਾ, ਵਿੱਚ ਹੋ ਜਾਏ ਤਹਾ ਇਹੋ ਲਾਲਾ, ਇਹ ਲਾਲ ਜਾ ਕੇ ਵੇਚ ਦੇ, ਉਹ ਜਦੋਂ ਕੀਮਤ ਮਿਲੇਗੀ ਫਿਰ ਤੈਨੂੰ ਭੋਜਨ ਵੀ ਮਿਲ ਜਾਵੇਗਾ। ਸੁਣਦ ਸ਼ਰੋਣ ਗਮਨਿਓ ਤਤਕਾਲਾ, ਕੰਨੀ ਸੁਣ ਕੇ ਮਹਾਰਾਜ ਦੀ ਆਗਿਆ ਚੱਲ ਪਿਆ ਮਰਦਾਨਾ, ਜਾਏ ਜੋਹਰੀ ਕੋ ਦਿਖਰਾਇਓ, ਇੱਕ ਜੋਹਰੀ ਨੂੰ ਜਾ ਕੇ ਜਦੋਂ ਲਾਲ ਦਿਖਾਇਆ, ਤੀਨ ਤਾਂਬਰ ਭਣ ਮੋਲ ਸੁਣਾਇਓ, ਉਹ ਇੰਨਾ ਭੇਤੀ ਨੀ ਸੀ ਬਨੌਟੀ ਜੋਹਰੀ ਬਣਿਆ ਸੀ ਮਹਾਤੜ, ਕਹਿੰਦਾ 3 ਰੁਪਈਏ ਲੈ ਲੈ। ਮਰਦਾਨੇ ਮਨ ਕੀਨ ਵਿਚਾਰਾ, ਮਰਦਾਨੇ ਨੇ ਮਨ ਵਿਚ ਵਿਚਾਰ ਕੀਤੀ, ਲਾਲ ਮੂਲ ਨਰ ਕਹਿਤ ਅਪਾਰਾ, ਲਾਲਾਂ ਦੇ ਤਾਂ ਮੁੱਲ ਬਹੁਤ ਹੁੰਦੇ ਨੇ, 3 ਰੁਪਈਏ ਥੋੜੇ ਹੁੰਦੇ ਨੇ, ਸੁਣਿਆ ਜੇ ਨਹੀਂ ਦੇਖਿਆ ਲਾਲ ਜੇ ਸੁਣਿਆ ਤਾਂ ਵੀ ਜਿਹੜੇ ਹੀਰੇ ਰਤਨ ਲਾਲ ਆਦਿਕ ਉਹ ਤਾਂ ਲੱਖਾਂ ਦੀਆਂ ਕੀਮਤਾਂ ਦੇ ਹੁੰਦੇ ਨੇ, ਇਹ ਮੈਨੂੰ 3 ਰੁਪਈਏ ਕਹਿੰਦਾ ਹੈ। ਕਹੋ ਵਾਕ ਤਬ ਐਸੇ, ਜੌਹਰੀ ਨੂੰ ਮਰਦਾਨੇ ਨੇ ਇਸ ਤਰ੍ਹਾਂ ਬਚਨ ਕਹੇ, ਜੋ ਸੰਗੀ ਬਾਹਰ ਬੈਸੇ, ਚੰਗਾ ਮੈਂ 3 ਰੁਪਈਏ ਨੂੰ ਵੇਚ ਦੂ ਪਰ ਮੇਰੇ ਸਾਥੀ ਬਾਹਰ ਬੈਠੇ ਹੈ, ਉਹ ਨੇ ਮਾਲਕ ਇਸ ਲਾਲ ਦੇ, ਮੈਂ ਪੁੱਛਿਆ ਵਾਂ, ਲਾਲ ਆਪਣੇ ਪਾਸਾ, ਆਪਣੇ ਪਾਸ ਲੈ ਮੋੜ ਲਿਆ ਲਾਲ ਨੂੰ, ਆਵਾਜ ਹੈ ਪੈਸੇ ਸੁਖ ਰਾਸਾ, ਸੁਖਾਂ ਦੀ ਪੂੰਜੀ ਸਤਿਗੁਰੂ ਜੀ ਬੈਠੇ ਸੀ ਮਰਦਾਨਾ ਮੁੜਿਆ ਆਇਆ, ਇੱਕ ਜੌਹਰੀ ਪਿਖ ਕਰ ਬੋਲਾ, ਆ ਕੇ ਦੱਸਿਆ ਹੈ ਗੁਰੂ ਨਾਨਕ ਦੇਵ ਜੀ ਮੈਂ ਲਾਲ ਦਿਖਾਇਆ ਸੀ ਇੱਕ ਜੌਹਰੀ ਨੂੰ, ਉਹ ਦੇਖ ਕੇ ਬੋਲਿਆ, ਤੀਨ ਤਾਂਬਰ ਪਣ ਯਾਕੂ ਮੋਲਾ, ਇਹਦੇ 3 ਰੁਪਈਏ ਮੁੱਲ ਹੈ ਉਸਨੇ ਪਾਇਆ, ਸਾਲ ਸਰਾਏ ਜੌਹਰੀ ਨਾਮੂ, ਮਹਾਰਾਜ ਕਹਿੰਦੇ ਮਰਦਾਨਿਆ ਲੈ ਤੈਨੂੰ ਭੇਤ ਦੱਸੀਏ, ਇਸੇ ਸ਼ਹਿਰ ਵਿਚ ਬਹੁਤ ਹੀ ਸਿਆਣਾ
ਖਾਲਸ ਰਾਏ ਜੌਹਰੀ ਹੈ ਮਰਦਾਨੇ ਜਾਵ ਹੋ ਤੇ ਧਾਮੂ ਮਰਦਾਨੇ ਤੂੰ ਉਹਦੀ ਦੁਕਾਨ ਤੇ ਜਾ ਉਹਦੇ ਘਰ ਖੋਜੇ ਪਾਏ ਦੀਜੀਆ ਇਹੀ ਹਾਂਜੀ ਖੋਜੇ ਪਾਏ ਦੀਜੀਏ ਇਹੀ ਹਾਂ ਉਹਦਾ ਘਰ ਖੋਜ ਲੈ ਫੇਰ ਉਹਦੇ ਹੱਥ ਚ ਦੇ ਲਾਲ ਉਸ ਨੂੰ ਦੇ ਮੋਲ ਸੋ ਆਵੋ ਲੇਹੀ ਜੋ ਮੁੱਲ ਉਹ ਦੇਵੇਗਾ ਉਹ ਲੈ ਆਈ ਸੁਣ ਕਰ ਨਗਰ ਵੇਖਾ ਪੁਨ ਗਵਨਾ ਫੇਰ ਸਤਗੁਰਾਂ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਮਰਦਾਨਾ ਨਗਰ ਚ ਗਿਆ ਖੋਜਤ ਫਿਰਤ ਸ਼ਾਹੇ ਕੋ ਭਵਨਾ ਸਾਲਸ ਰਾਏ ਦਾ ਨਾਂ ਲੈ ਕੇ ਘਰ ਭਾਲਦਾ ਫਿਰਦਾ ਜਬ ਕਿਹਨਾ ਤੇ ਸਦਨ ਬਤਾਇਓ ਜਦੋਂ ਕਿਸੇ ਨੇ ਘਰ ਦੱਸ ਦਿੱਤਾ ਦਰ ਤੇ ਜੋ ਕਹਿ ਊਚ ਬੁਲਾਇਓ ਦਰ ਤੇ ਖੜ ਕੇ ਉੱਚੀ ਹਾਕ ਮਾਰ ਕੇ ਬੁਲਾਇਆ ਸੁਨਤ ਸ਼ਾਹ ਭੇਜਿਓ ਨਿਜ ਦਾਸਾ ਜਦੋਂ ਸ਼ਾਹ ਨੇ ਅੰਦਰ ਆਪਦੀ ਆਵਾਜ਼ ਸੁਣੀ ਕੇ ਮੈਨੂੰ ਬਾਹਰੋਂ ਕੋਈ ਬੁਲਾਉਂਦਾ ਹੈ ਆਪਣਾ ਨੌਕਰ ਭੇਜਿਆ ਬਾਹਰ ਦਰਵਾਜੇ ਤੇ ਕੌਣ ਹੈ ਬੂਝੋ ਤੇ ਪਾਸਾ ਸਾਲਸ ਰਾਏ ਨੌਕਰ ਨੂੰ ਕਹਿੰਦਾ ਕੌਣ ਹਾਕ ਮਾਰਦਾ ਬਾਹਰ ਮੈਨੂੰ ਪੁੱਛ ਉਸ ਨੂੰ ਕੌਣ ਆਏ ਨਿਕਟ ਪ੍ਰਿਤ ਬਚਨ ਅਲਾਇਓ ਨੌਕਰ ਨੇ ਆ ਕੇ ਮਰਦਾਨੇ ਪ੍ਰਤੀ ਬਚਨ ਕਹੇ ਉਹ ਹੈ ਤੂੰ ਕਿਸੇ ਤੇ ਚੱਲ ਆਇਓ ਕਹੇ ਭਾਈ ਤੂੰ ਕੌਣ ਹੈ ਕਿੱਥੋਂ ਚੱਲ ਕੇ ਆਇਆ ਤੇ ਸੋ ਮਰਦਾਨੇ ਬਚ ਭਾਖਾ ਮਰਦਾਨੇ ਨੇ ਉਸ ਵੇਲੇ ਬਚਨ ਕਹੇ ਸੌਦੇ ਵੇਚਣ ਕੀ ਅਭਲਾਖਾ ਮੈਂ ਭਾਈ ਤੁਹਾਡੀ ਦੁਕਾਨ ਤੇ ਤਾਂ ਆਇਆ ਮੇਰੇ ਕੋਲ ਸੌਦਾ ਇੱਕ ਲਾਲ ਹੈ ਉਹਨੂੰ ਵੇਚਣ ਦੀ ਇੱਛਾ ਹੈ ਮੈਨੂੰ ਹੱਕ ਹੈ ਅੰਤਰ ਸਦਨ ਸਿਧਾਇਓ ਐ ਕਹਿ ਕੇ ਨੌਕਰ ਦੇ ਨਾਲ ਅੰਦਰ ਚਲਿਆ ਗਿਆ ਮਰਦਾਨਾ ਦੇ ਸ਼ਾਹੋ ਕੋ ਲਾਲ ਦਿਖਾਇਓ ਸਾਲਸ ਰਾਏ ਜੋਰੂ ਨੂੰ ਸਤ ਸਮਝੀ ਸਾਹਮਣੇ ਹੱਥ ਚ ਲਾਲ ਦਿੱਤਾ ਨੈਣ ਬਿਲੋਕਤ ਮਨ ਬਿਸਮਾਨਾ ਦੇਖ ਕੇ ਨੇਤਰਾਂ ਦੇ ਨਾਲ ਖਾਲਸਾ ਜੀ ਸਾਲਸ ਰਾਏ ਜੋਰੀ ਲਾਲ ਨੂੰ ਹੈਰਾਨ ਹੋ ਗਿਆ ਪੱਟ ਅੱਛਰ ਤੇ ਪਰ ਪਹਿਚਾਨਾ ਇਹਨਾਂ ਨੂੰ ਪਰਖ ਹੁੰਦੀ ਆ ਖਾਲਸਾ ਜੀ ਜੋਹਰੀਆਂ ਨੂੰ ਇਹਨੇ ਕੀ ਪਰਖਿਆ ਉਸ ਪਛਾਣ ਲਿਆ ਚੰਗੀ ਤਰ੍ਹਾਂ ਲਾਲ ਧਰਮਬੰਤ ਸੋ ਸਹਾ ਸੁਜਾਨਾ ਇਹ ਪ੍ਰਮਾਤਮਾ ਜੋਹਰੀ ਸੀ ਛਲਵਲ ਕਰਨ ਵਾਲਾ ਬੇਈਮਾਨ ਨਹੀਂ ਸੀ ਕਰ ਵਿਚਾਰ ਔਰ ਬਚਨ ਬਖਾਨਾ ਹਿਰਦੇ ਚ ਵਿਚਾਰ ਕਰਕੇ ਇਸਨੇ ਬਚਨ ਕਹੇ ਦੋਹਰਾ ਸਹਿਤ ਰਜਤ ਪਨ ਲਿਖੇ ਹੈ ਇਹ ਲਾਲ ਦੇ ਉੱਤੇ ਮਰਦਾਨੇ ਨੂੰ ਕਹਿੰਦਾ ਜੋਹਰੀ 100 ਰੁਪਇਆ ਲਿਖਿਆ ਹੋਇਆ ਜੋ ਦੇਖੇ ਸੋ ਦੇ ਇਹ ਲਾਲ ਇਹ ਪ੍ਰਕਾਸ਼ ਇਹਦਾ ਇਹ ਦੱਸਦਾ ਹੈ ਵੀ ਜਿਹੜਾ ਇਸ ਲਾਲ ਦੇ ਦਰਸ਼ਨ ਕਰੇ ਨਾ ਉਹ 100 ਰੁਪਇਆ ਭੇਟਾ ਕਰੇ ਕੀਮਤ ਮਗਰੋਂ ਰਹੇਗੀ ਮੈਂ ਧਰਮਾਤਮਾ ਮੈਂ ਛਲਵਲ ਕਰਨ ਵਾਲਾ ਜੋਹਰੀ ਨਹੀਂ ਹਾਂ ਮਰਦਾਨੇ ਨੂੰ ਕਹਿੰਦਾ ਪਹਿਲਾਂ 100 ਰੁਪਇਆ ਥਾਂ ਤੂੰ ਦਰਸ਼ਨ ਕਰਾਏ ਨੇ ਮਰਦਾਨਾ ਲਵੇ ਨਾ ਜਦ ਮੈਂ ਵਿੱਚ ਜਾਏ ਨਹੀਂ ਹਰੇ ਮੁੱਲ ਨਹੀਂ ਪਾਇਆ ਕੋਈ ਕੀਤੀ ਨਹੀਂ ਮੈਂ ਕਿਉਂ ਲਵਾਂ ਉਹ ਲਵੇ ਨਾ ਸਾਲਸ ਰਾਏ ਜੋਹਰੀ ਦੇਵੇ ਮੋਲ ਕਰੋ ਪਸ਼ਚਾਤ ਇਹ ਸਾਲਸ ਰਾਏ ਕਹਿੰਦਾ ਮਗਰੋਂ ਜੋ ਤੁਸੀਂ ਮੁੱਲ ਕਰੋਗੇ ਫੇਰ ਜੇ ਮੈਨੂੰ ਪਸੰਦ ਆਊ ਮੈਂ ਲੈ ਲਵਾਂਗਾ ਪਰ 100 ਰੁਪਇਆ ਇਹਦੇ ਦਰਸ਼ਨਾਂ ਦੀ ਭੇਟਾ ਹੈ ਪੂਰਵ ਛੱਤ ਤੁਮ ਲੈ ਪਹਿਲਾਂ 100 ਰੁਪਇਆ ਲੈ ਲੈ ਚੌਪਈ ਮਰਦਾਨਾ ਛੱਤ ਲੈ ਹਰਖਾਇਓ ਮਰਦਾਨੇ ਕਿਹਾ ਸ਼ੁਕਰ ਹੈ ਬਈ ਆ ਤਾਂ ਮੁਫ਼ਤ ਦਾ ਹੀ 100 ਰੁਪਇਆ ਮਿਲਦਾ ਲੈ ਲਿਆ ਚੱਲ ਕਰ ਵਹਿਰ ਨਗਰ ਪੁਨ ਆਇਓ 100 ਰੁਪਇਆ ਲੈ ਕੇ ਗੁਰੂ ਨਾਨਕ ਦੇਵ ਜੀ ਪਾਸ ਆਇਆ ਕਰ ਸ਼੍ਰੀ ਗੁਰੂ ਬਚਨ ਬਖਾਨਾ ਦੇਖ ਕੇ ਮਹਾਰਾਜ ਨੇ ਬਚਨ ਕਹੇ ਕਮੋਲ ਆਨਿਓ ਮਰਦਾਨਾ ਮਰਦਾਨਿਆ ਵੇਚ ਆਇਆ ਲਾਲ ਕਿੰਨਾ ਕੀਮਤ ਲਿਆਂਦੀ ਹੈ ਨਿਕਟ ਬੈਠ ਬਿਰਤੰਤ ਸੁਨਾਵਾ ਨੇੜੇ ਬੈਠ ਕੇ ਸਾਰਾ ਹਾਲ ਦੱਸਿਆ ਮਰਦਾਨੇ ਨੇ ਵੱਡੋ ਸ਼ਾਹ ਜਿਹ ਭਲੋ ਸੁਭਾਵਾ ਮਹਾਰਾਜ ਜਿਹੜੇ ਸ਼ਾਹ ਕੋਲੇ ਤੁਸੀਂ ਭੇਜਿਆ ਨਾ ਸਾਲਸ ਰਾਏ ਜੋਹਰੀ ਕੋਲੇ ਮੈਂ ਤਾਂ ਇਹੋ ਜਿਹਾ ਬੰਦੇ ਨੀ ਦੇਖਿਆ ਬਹੁਤ ਹੀ ਧਰਮਾਤਮਾ ਹੈ ਬਹੁਤ ਹੀ ਸੁਭਾਅ ਚੰਗਾ ਉਸਦਾ ਸਹਿਸਕਾਰ ਦਏ ਦਿਖਾਏ ਨਾਲੇ ਦਿਖਾ ਦਿੱਤੇ ਚਾਂਦੀ ਦੇ ਰੁਪਈਏ ਹੁੰਦੇ ਸੀ ਉਦੋਂ ਕਾਗਜ਼ਾਂ ਨੂੰ ਕੌਣ ਪੁੱਛਦਾ ਸੀ ਨਾਲੇ ਚਾਂਦੀ ਦੇ ਰੁਪਈਏ 100 ਦਿਖਾ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ ਮਰਦਾਨੇ ਨੇ ਕਹਿੰਦਾ ਜੀ ਆ 100 ਦੇ ਦਿੱਤਾ ਉਸਨੇ ਪੂਜਨ ਮੋਲ ਆਇਓ ਤੁਮ ਤਾਈ ਮੈਂ ਉਹਦੇ ਕਹੇ ਅਨੁਸਾਰ ਜੋਹਰੀ ਦੇ ਤੁਹਾਨੂੰ ਮੁੱਲ ਪੁੱਛਣ ਆਇਆ ਬਈ ਲਾਲ ਦਾ ਕੀਮਤ ਕਿੰਨੀ ਆ ਕੀ ਲਈਏ ਉਹਦੇ ਕੋਲੋਂ ਜਿਤਨੋ ਲੈਨੋ ਦਿਓ ਸੁਣਾਈ ਜੋ ਕੀਮਤ ਲਾਲ ਦੀ ਲੈਣੀ ਆ ਮੈਨੂੰ ਦੱਸ ਦਿਓ ਜਿਤਨੋ ਆਨੋ ਬਿਲਮ ਨਾ ਕਾਏ ਦੇਰ ਨੀ ਲਾਵਾਂਗਾ ਜੋਹਰੀ ਕਹਿੰਦਾ ਮੈਂ ਓਨੇ ਪੈਸੇ ਦੇ ਦੂ ਜਿੰਨੇ ਮੰਗੋਗੇ ਤੇਰੇ ਗੁਰ ਕਹਿ ਜਾਹੋ ਠਿਗ ਸ਼ਾਹੂ ਮਰਦਾਨੇ ਮਾਰਾ ਕਹਿਣ ਲੱਗੇ ਬਾਦਸ਼ਾਹ ਜੋ ਦੇ ਕੋਲੇ ਜਾ ਸ਼ਾਹ ਦੇ ਸਾਲਸ ਰਾਏ ਦੇ ਕਸ ਧਨ ਦੀਨੋ
जोह ताहू ओनू जाके पुछवे 100 रुपया कादा दिता उसने दोहरा पन पर बुझियो आन के दोबारा फिर सराय साल सराय नू पुछया मर्दाने ने कैसे दीने दाम 100 रुपया मेनू क्यों दिता है सुनत शाहो ने तब कहा साल सराय जोरी ने सुन के फिर कहा बिजमानी एहो नाम ए मर्दाने प्राण चारी है जिदे कोले लाल होवे ते दर्शनी भेटा है अज रागी सिंघा दे पास कीर्तन दा गुण है अपा दर्शनी भेटा दंदे हां कि नहीं इसे तरह मर्दाने तेरे पास की सोना है लाल सी तेनू असी ए दर्शनी भेटा दितिया सौ ऐसे लिखियो लाल पर तेई ए लाल दे उते लिखिया होया है मन देखे ते देई जेड़ा इस लाल दे दर्शन करे 100 रुपया देवे कीमत और कहा सो देऊ और जो तुसी एदी कीमत पाओ दसोंगे मैं देवांगा लाल मोल तुम दे कर लेऊ लाल तां लूंगा तुहानू कीमत दे के सुन कर अपने आवा मर्दाना फेर मर्दाना गुरु नानक देव जी पास मुड़िया खालसा जी शाहो बचन गुर पास बखाना बादशाह एदा शाहूकार दा स्नेहा दे दिता महाराज नू एहो धन तीनो तिन मिजमानी हे महाराज 100 रुपया मर्दाना कहिंदा मैं ले आया ओने प्रण जारी कीती है कीमत अवर देन निज मानी ओने आप मन्या कि मैं कीमत लाल दी बखरी देवांगा गुरु कह वेचो कह नाही महाराज कहिंदे मर्दाने हुण देख लै भई लाल बेचना है जां नहीं बेचना ये राय कर लिए आपा लाल कीमत लख मन माही मन विच जान लै ये लाल दी कीमत नहीं दुनिया दे तख्ते ते कोई है साई नाम अमोल कीम ना कोई जान दो जा परमेश्वर दा नाम खालसा जी ए अमोल का किसे कीमत ते मिलदा नहीं क्या जानो मैं कह मर्दाना मर्दाना कहना मारा मेनू की पता पर हो आप जो शुभ मन जानना जिमे थोड़े मन वे चंगी लगदी उस तरह कर लो दोहरा श्री गुरु कहना लाल ए मारा कहने मर्दानिया ए लाल नहीं है लखो नाम करतार खालसा जी आखो वाहिगुरु महाराज कहंदे करता पुरख दा नाम है लाल नहीं ए सब लाल से लाल है सब कूबन से कूब रोम रोम में रम रहे हो गुरु नानक शाह महबूब ये नाम दी दात दी अब खुली खालसा जी तां अवतार धार के गुरु नानक देव जी ने बख्शी है नहीं तो बनौटी गुरु कन्ना बाठी गुरु करने वाले हुण भी बथेरे मिल जाते पिछे बथेरे मिलते आए जहर पीर जगत गुर बाबा ऐसे गुरु नानक देव जी वर्गा गुरु कितों लभांगे जाहो राखो पास निज मर्दाना हुण तू देख ला ए लाल नहीं हरी दा नाम है तू आपदे कोल रखना के बेचना है ए हुण तू आप सोच चाहो कर व्यवहार मर्जी अब पार कर लै कि नहीं बन जा कंसी तांबा किन्नू लोग सुवारी संतो बन जा नाम गोविंद का ऐसी खेप हमारी ए नाम दा व्यापार करना बेचना नाम के नहीं श्री प्रभु जी मैं वेचत नाही जद ही मुकर गया मर्दाना पता सी के नाम अमोल कै नाम नु कौन बेचदा है जद ही कहना महाराज मैं भावे भुखा मर जा मैं नहीं बेचदा जो सुखदा जब लोकन माही परमेश्वर दा नाम दोना लोकां सुखदायक है बेचत नहीं जे मोर हो दामू महाराज कहते चंगा भाई जे नहीं ये बेचना 100 रुपया मोड़िया तीजा लाल जाए ते तामू ओ जेड़ा तू ओदे कोल रखे आया जा साल सरा जोरी को लाल ओनू मोड़ लिया सुन के पुनपुर फेरन गयो फिर 100 रुपया मोड़न गया मर्दाना सब ही दरब शाह को दयो सारा धन 100 रुपया वापस करता लाल हमारा फेरो सो साल सराय नू मर्दाना कहना मेरा लाल मोड़ दियो बेचत ना ए खावंद जो ए लाल दा मालिक बाहर बैठा मर्दाना कहना गुरु नानक देव जी हन ओ बेच दे नहीं नाम नहीं कदे बेची दा कहत शाह सब धन पी लीजा बाद ए सच समझी साल सराय जोरी बड़ा परमात्मा श्रद्धालु सी कहंदा हे मर्दाने
धन भी लै जा ते लाल भी लै जा, दोनों ही लै जा। लाल लेहो ज्यो मन त्यो कीजै, जिवें तेरी मर्जी कर लै, दोनों वस्तु लिए हर खावा। नाले लाल लै लिया 100 रुपया, ओ मर्दाने लै लिया, बड़ा खुश होया। नगर बहर मर्दाना आवा, नगर तो बाहर आया मर्दाना, श्री प्रभु जी धन पी पुन लाला। आके कहंदे हे गुरु नानक देव जी, 100 रुपया भी ले आया, लाल भी बोर्ड ले आया। मुझा दीन कह बचन रसाला, बड़े सोहने संस्कार दे बचन कह के मेनू दोनों ही दे दिते जोरी ने। जस आस देहो तस अब करहूं, हुण जिवें तुसी आग्या देवो मैं करा। भक्त भयो मैं पहर ना फिरहूं, पर मैं हुण पन कर 6-7 बारी घुमा लिया तुसी शहर विच, भूखा मरिया पिया मैं, हुण नी मैं जाना थोड़े कोले बैठा। जेरे गुर कह लाल निज लीजा, महाराज कहंदे भाई ये लाल अपना साम लै, धन जेहे को तिस ही को दीजा, धन जेहे को तिस ही को दीजा। लाल ता तू रख ला कोले, आ 100 रुपया जिहदा सीगा ओ बोड़िया उसनू, विच है लाल ले धन सही। जाके कह दी जे असी लाल बेचांगे ता ए तेरी मेजबानी पौन चारी दा 100 रुपया रखना, नहीं असी नहीं रखना। नह बेचा ते कैसे नहीं, जा लाल ही नहीं असी बेचना, क्यों धन लईए। कौन मर्दाना ले कर गयो, मर्दाना उठ के चलिया गया, ले गया 100 रुपया। शाहू ना लेत कहत बच पयो, उधर साल फराए लेंदा नहीं के मैं नहीं लेना। लिखा लाल परसो हम तीनों, जो लाल दे ते लिखया सी, जेड़ा दर्शन करे लाल दे 100 रुपया भेटा देवे, मैं अपने धर्म तो पिछे नहीं हटना। साल सराय कहना धर्म अपना रखन कीनो, मैं अपना धर्म रखिया है, लहो हटाए धर्म मम जाए। जे मैं बोर्ड लवा 100 रुपया साल सराय कहना, मेरे पास धर्म नहीं रहना अपना। ऐसी बात ना करो कदाए, बरदान्या ये मैं नहीं कदे करांगा, ले जा 100 रुपया। धर्म तुम्हारो करो जो पावा, धन थोड़ा है जो मर्जी करो। सुनकर मर्दाना बुनियावा, मर्दाना मुड़े आया सुन के, दोहरा श्री नानक रख नहीं। इधर गुरु नानक देव जी 100 रुपया रखदे नी, साल सराय जोरी लेंदा नी, बिचाले बिचाले मर्दाना बिचारा तुरिया फिरदा। लेना जोहरी सोए, जदों सो जोहरी ने ना लिया, सत बार फिर पुना पोना, 7 बारी घूमया बार बार मर्दाना। शर्म तो व्याकुल होए, घबरा गया थकिया होया, एक छुदा दूजे श्रम भारा, एक बेचारा थक गया, एक भुख लगी हुई है। खिजो रहदा तन ते हिगरे डारा, खिजे होए ने खालसा ही 100 रुपया ओहदे घर सिटिया, कहिंदा चक चाहे ना चक मैं नहीं रखना। चाहो तब मन माहे बिचारा, खालसराय जोरी ने मन च विचार कीती, खालसा जी ए अद्भुत बहु लाल निहारा, बथेरा मेरा सारी जिंदगी वाह पिया हीरा पन्निया लाला रतना नाल, पर एहा जा लाल नहीं सारी उम्र देखिया। ए सोचा च पै गया खालसराय जोरी, बहरो लाल जना के पासू, जिन्ना कोले एहा जा लाल है उन्ना दे दर्शन ता कर दिए, ए मन विच इच्छा जा गया जी। सो नह लेवत है तन रासू, ओ तन भी नहीं लेंदे हन, को दर्शन चाहिए करनो। साल सराय दे मन च फुरना होया, ऐसे व्यक्ति दे दर्शन करिए, जिन्ना पैसा ऐसा लाल और त्यागी हन। है शुभ कीन लोभ जिन हरनो, जिन्ना ने लोभ त्यागया होया है सुभा चंगा। अस कह लीनो मदर आहारा, यूं कह के खालसा जी विचार करके साल सराय ने अपने घरों भोजन तैयार किया, भोजन लेके नाल जाके जे के भाग अपारा। अज खालसा जी ये भाग जाग पे साल सराय दे, जेड़े मन विच इच्छा पूरी है गुरु नानक देव जी दे दर्शना दी। लिखते पहले दास पठाया, देखो बड़ी सचरजत आई है, साल सराय ने पहला अपना सेवक धरका भेज दिता, कि चले ना जान, मैं भोजन लेके आना, जाके उन्हां नूं अटका जाके जो गऊ घाट ते पहुंचिया खालसा जी सेवक, ए अधरका एदी भावना ऐसी सी, मत्था टेक दे सारी मारे ब्रह्म ज्ञान इस नूं कर दिता पहला। उस तो उपरंत जिवें सत संगत जी प्रसन्नता धार के साल सराय जोरी नूं निहाल करना है, ओ दे पहुंचण ते है,
ਇਧਰ ਸਾਲ ਸਰਾਇ ਜੋਹਰੀ ਲੈ ਕੇ ਭੋਜਨ ਚੱਲਿਆ। ਜਾਣ ਨਾ ਦੇਹੋ ਰੱਖੋ ਹਰ ਠਹਿਰਾਇਆ, ਲੋਕਰ ਨੂੰ ਕਹਿੰਦਾ ਚੱਲੇ ਨਾ ਜਾਣ, ਠਹਿਰਾ ਕੇ ਰੱਖੀ ਮੈਂ ਭੋਜਨ ਲਿਆਉਣਾ। ਦੋਹਰਾ ਗਮਨਿਓ ਘਰ ਤੇ ਭੇਟ ਲੈ, ਭੇਟਾ ਲੈ ਕੇ ਚੱਲ ਪਿਆ ਸਾਲ ਸਰਾਇ ਘਰੋਂ। ਚਾਹੋ ਜੋ ਸਾਲ ਸਰਾਇ, ਜੋ ਸਾਲ ਸਰਾਇ ਜੋਹਰੀ ਹੈ, ਦੂਰੋਂ ਤੇ ਦੇਖਤ ਪਯੋ, ਦੂਰੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਇਸਨੇ, ਗੁਰ ਰੂਪ ਸੁਹਾਏ, ਬੜਾ ਸੋਭਨੀਕ ਪ੍ਰਕਾਸ਼ਮੈ ਰੂਪ ਹੈ ਗੁਰੂ ਨਾਨਕ ਦੇਵ ਜੀ ਦਾ। ਲੱਜਤ ਬੈਠਾ ਮਰਦਾਨਾ, ਮਰਦਾਨਾ ਨੀ ਵੀ ਪਾਈ ਬੈਠਾ, ਭੁੱਖ ਬਹੁਤ ਲੱਗੀ ਹੋਈ ਹੈ। ਦੇਵ ਨੀਚ ਕਰ ਕਛੁ ਨਾ ਬਖਾਨਾ, ਮੂੰਹੋਂ ਕੁਝ ਨੀ ਬੋਲਦਾ। ਜਦੋਂ ਸਾਲ ਸਰਾਇ ਭੋਜਨ ਲੈ ਕੇ ਆਇਆ, ਕੁਝ ਖੁਸ਼ ਹੋਇਆ ਬਈ ਹੁਣ ਤਾਂ ਭੋਜਨ ਖਾਣ ਨੂੰ ਮਿਲੇਗਾ ਈ। ਖਿਜ ਭਾ ਤੂਚਨ ਅਤੈ ਛੁਦਾ ਤੁਰ, ਭੁੱਖ ਵੀ ਲੱਗੀ ਹੋਈ ਹੈ, ਖਿਜਿਆ ਹੋਇਆ ਵੀ ਆ, ਥੱਕਿਆ ਪਿਆ, ਨੀਵੀਂ ਪਾਈ ਬੈਠਾ। ਸਭੈ ਬਾਤ ਮਨ ਮਹੇ ਰਹਾ ਜਰ, ਸਾਰੀਆਂ ਬਾਤਾਂ ਮਨ ਚ ਜਰ ਰਿਹਾ ਹੈ। ਅੰਦਰ ਉਰ ਕੇ ਗੱਡੀ ਵਿਚਾਰੇ, ਹਿਰਦੇ ਚ ਗਿਣਤੀਆਂ ਗਿਣਦਾ, ਗੁਰ ਡਰ ਕਰ ਕੱਛ ਨਾ ਉਚਾਰੇ, ਗੁਰਾਂ ਦੇ ਭੈ ਕਰਕੇ ਮੂੰਹੋਂ ਬੋਲਦਾ ਨਹੀਂ। ਸਾਲ ਸਰਾਏ ਆਏ ਤੇ ਕਾਲਾ, ਉਸ ਸਮੇਂ ਸਾਲ ਸਰਾਏ ਪਹੁੰਚ ਗਿਆ ਖਾਲਸਾ ਜੀ, ਆਗੇ ਭੋਜਨ ਧਰੇ ਰਸਾਲਾ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਭੋਜਨ ਰੱਖ ਦਿੱਤੇ। ਹੱਥ ਬੰਦ ਬੰਧਨ ਕੋ ਕਰਕੇ, ਹੱਥ ਜੋੜ ਕਰਕੇ ਮੱਥਾ ਟੇਕ ਕੇ, ਸਭੈ ਸੁਣਾਈ ਬਾਤ ਉਜਰ ਕੇ, ਸਾਰੀ ਬਾਤ ਲਾਲ ਦੀ ਸੁਣਾ ਦਿੱਤੀ। ਸਰਬ ਤੁਮਾਰੋ ਇਹੋ ਅਬਲੀਜਾ, 100 ਰੁਪਇਆ ਨਾਲ ਹੀ ਲਿਆਇਆ ਸਾਲ ਸਰਾਏ। ਕਹਿੰਦਾ ਮਹਾਰਾਜ, ਮੇਰਾ ਧਰਮ ਤੁਸੀਂ ਰੱਖਣਾ ਕਿ ਮੇਰਾ ਧਰਮ ਗਾਉਣਾ? ਤੁਸੀਂ ਧਰਮ ਨੂੰ ਪ੍ਰਗਟ ਕਰਨ ਵਾਸਤੇ ਆਏ ਹੋ ਕਿ ਧਰਮ ਨੂੰ ਗਾਉਣ ਵਾਸਤੇ ਆਏ ਹੋ? ਕਰਜੀਧਰ ਪਾਤਸ਼ਾਹ ਨੇ ਆਪ ਦੀ ਰਸਨਾ ਤੋਂ ਬੁਲੰਦ ਆਵਾਜ਼ ਨਾਲ ਕਿਹਾ, ਖਾਲਸਾ ਜੀ, ਧਰਮ ਚਲਾਵਣ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਮਨ। ਜਿਸਨੇ ਸਤਸੰਗੀ ਪ੍ਰੇਮੀ ਹੋ, ਸਾਧੂ ਪ੍ਰਣਾਲੀ ਦੇ ਸਮਝ ਲਿਓ ਕਿ ਅਸੀਂ ਅਵਤਾਰ ਕਿਉਂ ਧਾਰਿਆ ਹੈ। ਧਰਮ ਨੂੰ ਪਰਿਵਰਤ ਕਰਨਾ, ਅਧਰਮੀਆਂ ਨੂੰ ਦੰਡ ਦੇਣਾ, ਸੰਤਾਂ ਮਹਾਤਮਾ ਦੀ ਰੱਖਿਆ ਕਰਨੀ ਔਰ ਦੁਸ਼ਟਾਂ ਦਰੋਖੀਆਂ ਦੀਆਂ ਜੜਾਂ ਪੱਟ ਦੇਣੀਆਂ, ਇਹ ਪ੍ਰਯੋਜਨ ਵਾਸਤੇ ਅਸੀਂ ਅਵਤਾਰ ਧਾਰਿਆ ਹੈ। ਉਹੀ ਸਿਧਾਂਤ ਭਾਈ, ਉਹੀ ਸਰੂਪ ਗੁਰੂ ਨਾਨਕ ਦੇਵ ਜੀ ਦਾ ਹੈ। ਸਾਲ ਸਰਾਏ ਕਹਿ ਰਿਹਾ, ਹੇ ਮਹਾਰਾਜ, ਮੇਰਾ ਧਰਮ ਹੈ, ਮੈਂ ਜੋਹਰੀ ਹਾਂ, ਇਹੋ ਜਿਹਾ ਰਤਨ ਲਾਲ ਨੀ ਮੈਂ ਦੇਖਿਆ, ਮੈਂ ਉਹ ਪਰਖਿਆ ਵੀ ਜਿਹੜਾ ਉਹਦੇ ਦਰਸ਼ਨ ਕਰੇ 100 ਰੁਪਇਆ ਭੇਟਾ ਦੇਵੇ, ਮੇਰਾ ਧਰਮ ਹੈ, ਉਹ ਨਾ ਗਵਾਓ ਜੀ, ਆ 100 ਰੁਪਇਆ ਲਵੋ। ਦੋਹਰਾ ਸ੍ਰੀ ਗੁਰ ਕਹੇ ਜੇ ਵੇਚਹੀ, ਮਹਾਰਾਜ ਕਹਿੰਦੇ ਜੇ ਵੇਚਾਂਗੇ ਤਾਂ ਲਵਾਂਗੇ। ਆਪ ਧਨ ਲੈ ਨਿਜ ਪਾਨ, ਤੂੰ ਆਪਣਾ ਧਨ ਆਪਦੇ ਪਾਸ ਹੀ ਲੈ ਲੈ, ਅਸੀਂ ਨੀ ਲਵਾਂਗੇ ਆਪਣੇ ਹੱਥੀ। ਨਾ ਵੇਚਾ ਤੋ ਲੈ ਕਾਸ, ਜਦ ਅਸੀਂ ਲਾਲ ਹੀ ਨੀ ਵੇਚਣਾ, ਅਸੀਂ ਕਿਉਂ ਲਈਏ? ਰੱਖੋ ਦਰਬ ਅਪਾਨ, ਇਹ ਆਪਣੇ ਹੱਥ ਆਪਣੇ ਧਨ ਨੂੰ ਰੱਖ। ਦਰਸ਼ਨ ਪਰਸ ਭਰਮ ਮਿਟ ਗਯੋ, ਦਰਸ਼ਨ ਪਰਸ ਕੇ ਗੁਰੂ ਨਾਨਕ ਦੇਵ ਜੀ ਦੇ ਭ੍ਰਾਂਤੀ ਮਿਟ ਗਈ। ਸਾਲ ਸਰਾਏ ਜੀ, ਬੈਨ ਸੁਨੇ ਮਨ ਨਿਰਮਲ ਭਯੋ, ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਗੁਰਸਿੱਖ ਜਨਮਾਂ ਜਨਮਾਂ ਦਾ ਜਿਹੜਾ ਮਨ ਕਾਲਾ ਕਾਲਾ ਸੀ ਉਹ ਨਿਰਮਲ ਹੋ ਗਿਆ। ਜਾਣੇ ਸੰਤ ਰੂਪ ਇਹ ਪੂਰੇ, ਜਾਣ ਲੈ ਕੇ ਸ਼ਾਂਤ ਸਰੂਪ ਸੰਪੂਰਨ ਹਨ। ਦੇਖਣ ਸੁਣਨ ਜਿਨ੍ਹਾਂ ਕੋ ਰੂਰੇ, ਜਿਨ੍ਹਾਂ ਦੇ ਬਚਨ ਸੁਣਨੇ ਵੀ ਬੜੇ ਸੁੰਦਰ ਹਨ, ਜਿਨ੍ਹਾਂ ਦੇ ਦਰਸ਼ਨ ਵੀ ਬੜੇ ਸੋਹਣੇ ਹਨ। ਕਹਿਤ ਬਚਨ ਮੈਂ ਹੋਵੇ ਬਿਸਮਾਤਾ, ਉਸ ਵੇਲੇ ਬਚਨ ਲੱਗਾ ਕਹਿਣ, ਮੈਂ ਜੀ ਹੈਰਾਨ ਹਾਂ, ਲਾਲ ਪਿਖਾ ਇਹ ਤੁਮੈ ਪ੍ਰਸਾਦਾ, ਥੋੜੀ ਕਿਰਪਾ ਨਾ ਇਹ ਜੇ ਲਾਲ ਦੇ ਦਰਸ਼ਨ ਕੀਤੇ ਮੇਰੇ ਹੱਥਾਂ ਵਿਚ ਦੀ, ਬੜੇ ਹੀਰੇ ਜਵਾਹਰਾਤ ਰਤਨ ਵਿਕੇ ਹਨ, ਖਰੀਦੇ ਵੀ ਬੇਅੰਤ ਨੇ, ਆ ਜੋ ਤੁਹਾਡਾ ਲਾਲ ਤੁਹਾਡੇ ਦਰਸ਼ਨ ਤੁਹਾਡੇ ਪਾਸੋਂ ਕੀਤਾ, ਇਹੋ ਜਿਹਾ ਲਾਲ ਸਾਰੀ ਉਮਰ ਦੇਖਿਆ ਨਹੀਂ। ਉਤੋਂ ਲਾਲ ਉਹ ਕਹਿ ਤੁਮ ਲਾਲਾ, ਕਹਿੰਦਾ ਮਹਾਰਾਜ ਤੁਸੀਂ ਲਾਲ ਹੋ ਜਾਂ ਉਹ ਲਾਲ ਸੀ ਜਿਹੜਾ ਸਾ ਮੈਨੂੰ ਸੇਵਕ ਨੇ ਤੁਹਾਡੇ ਨੇ ਦਿਖਾਇਆ ਹੈ, ਮੇਰੀ ਭ੍ਰਾਂਤੀ ਚੱਕਦੇ ਹੋ। ਜਿਨ ਮਿਲਨੇ ਮੈਂ ਭਇਓ ਨਿਹਾਲਾ, ਜਿਸ ਆਪ ਜੀ ਦੇ ਮਿਲਾਪ ਨਾਲ ਮੈਂ ਨਿਹਾਲ ਨਿਹਾਲ ਹੋ ਗਿਆ ਹਾਂ। ਕੁਲ ਖਾਲਸਾ ਜੀ, ਇੱਥੇ ਇਹ ਸਮਝਣਾ, ਨਾਮ ਨਾਮੀ ਇੱਕ ਜਨਾਇਆ ਹੈ, ਨਾਮ ਤੇ ਨਾਮੀ ਆਪਣੇ ਨਾਮ ਹਨ, ਨਾਲ ਆਪਣੇ ਸਰੀਰ ਵੀ ਹਨ, ਉਹਨਾਂ ਨੂੰ ਨਾਮੀ ਕਿਹਾ ਹੈ। ਇਸੇ ਤਰ੍ਹਾਂ ਆਪਾਂ ਆਪਣਾ ਨਾਮ ਵੱਖਰਾ ਹੈ, ਦੇਹਾਂ ਆਪਣੀਆਂ ਵੱਖਰੀਆਂ ਹਨ, ਲੇਕਿਨ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਰੂਪ ਇੱਕ ਹੈ। ਉਹ ਕਿਉਂ? ਵਾਹਿਗੁਰੂ ਵਿਆਪਕ, ਆਪਾਂ ਵਿਆਪਕ ਨਹੀਂ ਹਾਂ।
परमेश्वर जरे जरे समाया होए, आपा जरे जरे समाए नहीं होए, आपा एक देशी है, बाकी रचना नाल शरीर लई बैठे हाँ। वो निराकार ब्रह्म है, शब्द का भी कोई आकार नहीं है। इस करके गुरबाणी का स्थान जे कोई कहे के नाम बखरा है, जिदे हिरदे नाम बस गया उथे नामी ही प्रगट हो गया। तो एवं नहीं कहा है कि भाई शब्द साडा रूप है, गुरु नानक देव जी ने कहा सारी संगत गुरु नानक नाम लेवा। आपा गुरु ग्रंथ साहब नु एवं नहीं कहते, आप प्रतख ज्योत हो जी, ओही स्वरूप हो, भावे घट छरदा भावे वध छरदा, रसना तो ये बचन निकल रहे ने। इस करके नाम नामी एक जना दिता, अज साल सराय की कह रहा, कहंदा जी मैनू तो यह नहीं पता भी ना लाल तुसी हो के लाल जेड़ा दिखाया थोड़े सेवक ने ओ है, भाव की नाम नामी एक है। मन समझाए सुनाव हो बानी, मैनू मारा भेत दस दियो, समझा के बाणी कहो। हे कृपाल तुम सब गुण खानी, हे कृपा दी खान तुसी सारे गुणा दी खान हो महाराज। देने हित शाह उपदेशा, शाहूकार साल सराय नू उपदेश देन वास्ते बोले शब्द तबै जगतेशा, जगदे ईश्वर गुरु नानक देव जी खालसा जी सुंदर शब्द उचारिया है। बिलावल महला पहला, पहले पातशाह बिलावल राग भी सत समझी उचार दे हन। लालो लाल उपाया, हे भाई लालो लाल उपाया, जो ओ अकाल पुरख अंतर जामी लाल अमोलक रूप है, उसे नहीं साकार रूप धार के परमेश्वर का नाम लाल है, ओनू प्रगट किया है। लालो लाल दसन, जिन्हें इस लाल नू नाम रूपी लाल नू संगत विचो ले लिया, पंजा प्यारा द्वारा नाम ही लेंदे हां, जिन्हां ने लैके हिरदे धारिया ओनू लाल ही लाल दिसदे, भाव ओहदे भा दा तां सारी सेठी साधुआं दी होई है। ओनू गुण ही गुण दिसदे ने, ओहदे कोले औगण नहीं हां। गुरमुख रोम रोम हर ध्याव है, ओहदे आवाजा खालसा जी सारे रोम रोम विचों परमेश्वर दा नाम लाल रूप है, ओही उसनू दिसदा है चार चपेरे। जिन्ना लाली नेत्र मह, जिन्ना प्रेमिया दे नेत्रां च भगती दी लाली है, दूजा ना जानन, इस लाल नू पा करके नाम रूपी लाल नू ओ फिर द्वैत दा अभाव हो चुका है, उत्ते ओहनां नू दूसरा नहीं दिसदा। भाई घनइये जैसा गुरमुखा नू मुसलमाना च भी ओही दसदा है, हिंदुआ बिच भी सारे ओही दसदा है। फिर पुछया नंद लाल वर्गे ब्रह्म ज्ञानी होए गुरु घर, दू हर दर जश्म गुरु गोबिंद सिंह, दूर हर दर चश्म गुरु गोबिंद सिंह। नंद लाल नू पुछया दसवें पातशाह किथे ने, कहिंदे जिन्ने लोकां दीआं देहां फिरदीआं इह सब रूहां गुरु गोबिंद सिंह साहिब रूप हन। जिन्ने आ नेत्र चमकदे आ भावे पशुआ दे ने भावे किसे दे ने, ए प्रकाश गुरु गोबिंद सिंह साहिब जी दा है। इनू कहंदे आ ब्रह्म ज्ञान खालसा जी, किथे बसता है बलहार जाइए ऐसे गुरसिखा तो। लालो लाल दसन, जिन्ना दे सत समझी नेत्रा च लाली आ भाव भगती दा प्रकाश है, दूजा ना जानन, ओना नू सत समझी दूसरा कोई दसदा ही नहीं है। सुन सालस तू जवाहरी, महाराज कहंदे हे साल सराय जौरी तू जौरी जौरी है, अपना लाल पछाण, या शरद अंतर ज्योतिर पुरशा, हिरदे दे अंदर तेरा आत्मा स्वरूप है, तू अपने लाल नू पछाण लै। कूड़े लाल न गंड बन, आ बाहर दुकाना करके झूठे लाल ना हुण गंड च बन्नी फिर, नीचा भले सजाण, भली प्रकार अपने आत्म स्वरूप नू जान लै। कंकर पत्थर मेल कै, पत्थरां दीआं कंकर पत्थरियां मेल मेल कठे कर करके, नाउ सदायो शाहो, शाहूकार सदाया तू अपना नाम, बिन सतगुर पूरा अंध है, बिना सतगुरे पूरिया तो अज्ञान दा नेरा ही नेरा है, मूल ना बुझा राहो, कोई रास्ता भगती दा बुझ नहीं सकदा, परमेश्वर दा मार्ग नहीं जान सकदा। मेरा मेरा कर संजयो, मेरी जर मेरी जोरो, सारे पदार्थ मेरे मेरे करके कठे कीते, राती अत्ता डे हो, रात नहीं देखी दिन नहीं देखी, रात दिन भीरी भमीरी मैं घूमदा रहा, कमाई कीती काई साख दा उपजिया, उत्थे कदे खेती पैदा नहीं हुंदी, कलर बुठा में हो, बरखा हो जावे सारी धरती हरियावलता नू पकड़दी है,
लेकिन जेड़ी कलरी धरती आ उथे हरियावलता ना होगी। इसे तरह नगोरे बंदे लख नाम जपी जान नहीं सफलता है। मनमुख हर हर कर सके मैल न सकी धोए। मनमुख कहते तुसी गुरुद्वारे जान वाले हो, वाला वाहिगुरु कहते असी थोड़े नाल दस गए बद कह लांगे, पर नहीं, गुरमत नाम मेरा प्राण सिखाई, संगत च बैठ के गुरु वाले बन के जेड़ा नाम जपना कलता जी ओ फली भूत है। मनमुख जिन्ना मर्जी चिंतन कर लैन, ओ कलरी धरती च मीह ता पै गया पर हरियावलता नहीं होए। उन्हां दा जेड़ा हिरदा कलरी धरती वर्गा है, लाणता दी धूड़ उड़दी है उत्थे। सुन सालस एहो बेनती, अखीर ते कहंदे हमारा से सालस राय सुन, जे कर्म प्राप्त होए, जे तेनू परमेश्वर दी कृपा प्राप्त होई है, कर्म बख्शी है तेरे ते, नानक एक अराधी है, एक वाहिगुरु दा चिंतन कर आराधना कर, दुख ना लागै कोई, तेनू कोई दुनिया ते कलंक पाप नहीं लगेगा, कल्याण हो जावेगी। ये शब्द भावे बारहों खालसा जी ए भी उचारण कीता है, अगे जिवें आप जी मारू राग दे अंदर भी उपदेश आया, ओ कल नू विचारांगे, समा उत्ते जा रहा है, भुला चुका माफ करनिया खालसा जी, इत्थे ही विश्राम दिंदे हां। बेनतियां करिए हे गुरु नानक देव साहिब जी, तुहाडे राक्षस वर्गे भरथरी वर्गे जोगी शराबां पीण वाले इसे तरह एह जे जिहड़े जौहरी माया दे विच रचे होए ਉਹਨਾਂ ਦੀ ਕਲਿਆਣ ਕਰ ਦਿੱਤੀ, ਸਾਡੇ ਤੇ ਵੀ ਤਰਸ ਕਰੋ ਮਹਾਰਾਜ, ਅਸੀਂ ਆਪਦੇ ਨਾਮ ਤਰੀਖ ਸਿੱਖ ਹੈ, ਸਾਡੇ ਤੇ ਮਹਾਰਾਜ ਦਇਆ ਦੇਸੀ ਕਰੋ, ਜਿਸ ਕਰਕੇ ਜਨਮ ਸਫਲਾ ਹੋ ਜਾਵੇ, ਉਸ ਵੇਲੇ ਖਾਲਸਾ ਜੀ ਆਪਣਾ ਵੀ ਭਲਾ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।